ਸਤਿ ਸ੍ਰੀ ਅਕਾਲ ਜੀ, ਮੈਂ ਵਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਆਪ ਜੀ ਦਾ ਤੁਹਾਡੇ ਆਪਣੇ ਪੀਬੀਕੇ ਚੈਨਲ ਉੱਤੇ। ਕੱਲ ਆਪਣੇ ਹੋ ਗਏ ਸੀ 538 ਪੇਜ ਪੂਰੇ, ਅੱਜ ਕਰਾਂਗੇ ਸ਼ੁਰੂ 539 ਨੰਬਰ ਪੇਜ ਤੋਂ। ਤੇ ਹਰ ਵਾਰ ਦੀ ਤਰ੍ਹਾਂ ਮੈਂ ਫਿਰ ਤੋਂ ਦੱਸਦਾ, ਜਿਹਨੇ ਜਿਹਨੇ ਸਾਨੂੰ ਅੱਜ ਤੱਕ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਫੋਲੋ ਨਹੀਂ ਕੀਤਾ, ਸਾਨੂੰ ਫੋਲੋ ਕਰ ਸਕਦੇ ਨੇ, ਲਿੰਕ ਡਿਸਕ੍ਰਿਪਸ਼ਨ ਵਿੱਚ ਲਿਖੇ ਹੋਏ ਨੇ। ਤੇ ਨਾਲ ਨਾਲ ਜੇਕਰ ਤੁਹਾਨੂੰ ਕੋਈ ਗੱਲ ਸਮਝ ਨਹੀਂ ਲੱਗਦੀ, ਤੁਸੀਂ ਇੱਥੇ ਜਾ ਕੇ ਸਾਨੂੰ ਮੈਸੇਜ ਕਰ ਸਕਦੇ ਹੋ। ਅਗਰ ਕੋਈ ਵੱਡਾ ਸਵਾਲ ਹੈ, ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਇੰਸਟਾਗ੍ਰਾਮ ਜਾਂ ਫੇਸਬੁੱਕ ਉੱਤੇ ਭੇਜ ਦਿਓ, ਅਸੀਂ ਉਹਦਾ ਰਿਪਲਾਈ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਇਹ ਚੈਪਟਰ ਆਪਣਾ 13ਵਾਂ ਚੈਪਟਰ ਜਿਹੜਾ ਆਪਾਂ ਸ਼ੁਰੂ ਕੀਤਾ ਹੋਇਆ, ਵੀਕਐਂਡ ਤੱਕ ਆਪਣਾ ਚੈਪਟਰ ਵੀ ਬਿਲਕੁਲ ਖਤਮ ਹੋ ਜਾਏਗਾ। ਸੋ ਚਲੋ ਜੀ, ਬਿਨਾਂ ਸਮਾਂ ਗਵਾਏ ਸ਼ੁਰੂ ਕਰਦੇ ਹਾਂ ਆਪਣੀ ਫ੍ਰੀ ਸੀਰੀਜ਼ ਪਤਿਨ ਤੇ ਇਨ ਪੰਜਾਬੀ। ਤੇਰੇ ਕਮਲੇ ਦਿਲ ਨੂੰ ਵੀ ਉਂਝ ਤੂੰ ਮਿਲ ਗਈ ਲੱਗਦੀ, ਤੇਰਾ ਹੋਣਾ ਕਿਸੇ ਮੁਰਾਦ ਦਾ ਪੂਰਾ ਹੋਣਾ ਏ। ਇਹ ਸੌਂਗ ਤੁਸੀਂ ਸੁਣ ਲਿਆ ਹੋਣਾ। ਇਦਾਂ ਦੇ ਹੀ ਸੌਂਗ ਅਸੀਂ ਆਪਣੇ ਦੂਸਰੇ ਚੈਨਲ ਜਿਹੜਾ ਕਿ PBK ਸਟੂਡੀਓ ਉਹਦੇ ਉੱਤੇ ਪੋਸਟ ਕਰਨੇ ਪਏ ਆ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ ਇਸ ਚੈਨਲ ਦਾ ਵੀ। ਜੇਕਰ ਤੁਸੀਂ ਐਸੇ ਗਾਣਿਆਂ ਦਾ ਸ਼ੌਕੀਨ ਰੱਖਦੇ ਹੋ, ਰਿਮਿਕਸ ਹੋਏ ਗਾਣਿਆਂ ਦਾ ਸ਼ੌਕ ਰੱਖਦੇ ਹੋ, ਤੁਸੀਂ ਇੱਥੇ ਜਾ ਕੇ ਵੇਖ ਸਕਦੇ ਹੋ। ਤੇ ਉਸ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਬਿਲਕੁਲ ਨਾ ਭੁੱਲਿਓ। ਸੋ ਚਲੋ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲੇ ਕੋਰਸੀਏ ਇਨ ਉਨ ਅਸਤਰਾਦਾ ਦਿਵੀਜ਼ਾ ਇਨ ਕੁਆਤਰੋ ਕਰੇ ਜਾਤੇ ਸੇ ਪਰਾਤੇ। ਕੋਰਸੀਏ ਦੀ ਵਰਤੋਂ ਇੱਕ ਸੜਕ ਉੱਤੇ ਜਿਹੜੀ ਕਿ ਡਿਵਾਈਡ ਹੋਈ ਹੈ ਚਾਰ ਅਲੱਗ ਕਰੇ ਜਾਤਿਆਂ ਵਿੱਚ, ਸੇਪਰਾਤੇ ਅਲੱਗ ਕੀਤੇ ਹੋਏ। ਕੀ ਕਹਿੰਦਾ ਪਹਿਲਾ ਸਵਾਲ? ਨੈਲੇ ਸਤਰਾਦੇ ਆ ਕੁਆਤਰੋ ਕਰੇ ਜਾਤੇ ਸੇਪਰਾਤੇ ਕੁਐਲੇ ਚਿੰਤਰਾਲੀ ਸੁਨ ਰਿਜ਼ਰਵਾਤੇ ਅਲ ਸੁਰਪਾਸੋ। ਹੁਣ ਇੱਥੇ ਕਹਿੰਦਾ ਸੜਕ ਜਿਹਦੇ ਚਾਰ ਕਰੇ ਜਾਤਾਂ ਨੇ, ਅਲੱਗ ਅਲੱਗ ਚਾਰ ਕਰੇ ਜਾਤਾਂ ਨੇ, ਉਹਨਾਂ ਦੇ ਵਿੱਚ ਜਿਹੜਾ ਸੈਂਟਰ ਵਾਲਾ ਨਾ, ਜਿਹੜਾ ਸੈਂਟਰ ਵਾਲਾ ਕਰੇ ਜਾਤਾ ਹੈ, ਇਕੱਲਾ ਕਰੇ ਜਾਤਿਆਂ ਦੀ ਗੱਲ ਹੁੰਦੀ। ਸੋ ਕਹਿੰਦਾ ਜਿਹੜਾ ਸੈਂਟਰ ਵਾਲਾ ਕਰੇ ਜਾਤਾ ਉਹ ਰਿਜ਼ਰਵ ਹੈ ਸਿਰਫ ਓਵਰਟੇਕ ਕਰਨ ਲਈ। ਕਰੇ ਜਾਤਾ ਕਿਵੇਂ ਰਿਜ਼ਰਵ ਹੋ ਸਕਦਾ ਓਵਰਟੇਕ ਲਈ, ਜਦੋਂ ਉਹਦੇ ਵਿੱਚ ਭਾਰਤੀ ਟ੍ਰੈਫਿਕ ਉਹ ਲੱਗਾ ਹੋਇਆ ਤੇ ਆਪਾਂ ਓਵਰਟੇਕ ਉੱਥੋਂ ਕਰ ਵੀ ਨਹੀਂ ਸਕਦੇ, ਨੋਰਮਲ ਜੀ ਗੱਲ ਆ, ਫਾਲਸੋ। ਵੱਧਦੇ ਅਗਲੇ ਸਵਾਲ ਤੇ 540। ਸੋਸਤਾ ਸੁਲੇ ਸਤਰਾਦੇ ਐਕਸਟਰੋਮਾਨੇ ਪ੍ਰਿੰਸੀਪਾਲੀ, ਸੋਸਤਾ ਕਰਨੀ ਪ੍ਰਿੰਸੀਪਾਲੀ ਸੜਕਾਂ ਉੱਤੇ। ਕੀ ਕਹਿੰਦਾ ਪਹਿਲਾ ਸਵਾਲ? ਸੁਲੇ ਸਤਰਾਦੇ ਐਕਸਟਰੋਮਾਨੇ ਪ੍ਰਿੰਸੀਪਾਲੀ ਲਾ ਸੋਸਤਾ ਐਕੋਨ ਸਿੱਤੀ ਤਾਂ ਸੋਲੋ ਨੈਲੇ ਅਪੋਜਿਟ ਏਰੀਏ। ਸਤਰਾਦਾ ਐਕਸਟਰੋਮਾਨੇ ਪ੍ਰਿੰਸੀਪਾਲੀ ਉੱਤੇ ਸੋਸਤਾ ਕਰਨ ਦੀ ਇਜਾਜ਼ਤ ਤੇ ਸਿਰਫ ਅਪੋਜਿਟ ਏਰੀਏ, ਸਪੈਸ਼ਲ ਏਰੀਏ ਜਿਹੜੇ ਬਣਾਏ ਹੁੰਦੇ ਨੇ ਉੱਥੇ ਹੀ ਆਪਾਂ ਸੋਸਤਾਰੇ ਕਰ ਸਕਦੇ ਹਾਂ, ਹੋਰ ਕਿਧਰੇ ਨਹੀਂ। ਸੋ ਵੇਰੋ, ਵੱਧਦੇ ਅਗਲੇ ਸਵਾਲ ਤੇ। ਓਕੇ, 541 ਨੰਬਰ ਪੇਜ, ਮਾਰਚਾ ਪਰ ਫੀਲੇ ਪਰਾਲੇਲੇ। ਫੀਲੇ ਪਰਾਲੇਲੇ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ ਪਿਛਲੀ ਵੀਡੀਓ 'ਚ, ਕੀ ਹਿਸਾਬ ਕਿਤਾਬ ਹੈ। ਸੋ ਵੱਧਿਆ ਸਿੱਧਾ ਹੀ ਪਹਿਲੇ ਸਵਾਲ ਤੇ। ਦੁਰਾਂਤੇ ਲਾ ਮਾਰਚਾ ਪਰ ਫੀਲੇ ਪਰਾਲੇਲੇ ਐ ਕੌਨਸੈਂਟੀ ਤੋਂ ਕੰਬਿਆਰੇ ਲਾ ਕੋਸੀਆ ਪਰ ਫਿਤੁਆਰੇ ਮਨੋਰਾ ਦਿਸ ਬੋਲਤਾ। ਜਦੋਂ ਤੁਸੀਂ ਜਾਂਦੇ ਪਿਓ, ਆਵਾਜਾਈ ਕਰਦੇ ਪਿਓ ਫੀਲੇ ਪਰਾਲੇਲੇ ਵਿੱਚ, ਤੁਹਾਨੂੰ ਇਜਾਜ਼ਤ ਹੈ ਬਦਲਣ ਦੀ, ਕੋਰਸੀਏ ਨੂੰ ਐਫਤੁਆਰੇ ਮਨੋਵਰਾ ਦੀ ਜ਼ਬੋਲਤਾ, ਵੀ ਮੁੜਨ ਵਾਲਾ ਜਿਹੜਾ ਕੰਮ ਹੈ ਉਹਨੂੰ ਕਰਨ ਲਈ ਤੁਸੀਂ ਜਿਹੜਾ ਕੋਰਸੀਆ ਉਹ ਬਦਲ ਸਕਦੇ ਹੋ। ਸੋ ਇੱਥੇ ਇਹਦੇ ਕਹਿਣ ਦਾ ਮਤਲਬ ਕੀ ਹੈ? ਜਦੋਂ ਤੁਸੀਂ ਜਾਂਦੇ ਪਿਓ, ਆਵਾਜਾਈ ਕਰਦੇ ਪਿਓ ਫੀਲੇ ਪੈਰਲਰ ਵਿੱਚ, ਮਤਲਬ ਕਿ ਦੋ ਗੱਡੀਆਂ ਇੱਕ ਦੂਜੇ ਦੇ ਬਰਾਬਰ ਚੱਲਦੀਆਂ ਪਈਆਂ ਨੇ, ਤੇ ਕਹਿੰਦਾ ਉੱਥੇ ਤੁਹਾਨੂੰ ਇਜਾਜ਼ਤ ਹੈ ਬਦਲਣ ਦੀ ਕੋਰਸੀਏ ਨੂੰ, ਜੇਕਰ ਤੁਸੀਂ ਮੁੜਨਾ ਚਾਹੁੰਦੇ ਹੋ ਤੇ, ਜੇਕਰ ਤੁਸੀਂ ਜ਼ਬੋਲਤਾਰੇ ਕਰਨਾ ਚਾਹੁੰਦੇ ਹੋ ਤੇ ਤੁਸੀਂ ਆਪਣਾ ਕੋਰਸੀਆ ਜਿਹੜਾ ਉਹ ਬਦਲ ਸਕਦੇ ਹੋ। ਵੇਰੋ, ਅੱਗੇ ਕਹਿੰਦਾ ਲਾ ਮਾਰਚਾ ਪਰ ਫੀਲੇ ਪਰਾਲੇਲੇ ਐ ਮੈਸਾ ਕੁਆਂਦੋ ਵੀਨੇ ਉਤੋਰੀਜ਼ਾਤੋ ਦੇ ਲਈ ਏਜੰਟੀ ਦਲ ਟ੍ਰਾਫਿਕੋ। ਕਹਿੰਦਾ ਫੀਲੇ ਪੈਰਲਰ ਵਿੱਚ ਮਾਰਚਾ ਕਰਨ ਲਈ ਇਜਾਜ਼ਤ ਹੈ ਜਦੋਂ ਵੀਨੇ ਉਤੋਰੀਜ਼ਾਤੋ, ਜਦੋਂ ਤੁਹਾਨੂੰ ਇਜਾਜ਼ਤ ਦਿੱਤੀ ਜਾਵੇ, ਤੁਹਾਨੂੰ ਅਥਾਰਟੀ ਦਿੱਤੀ ਜਾਵੇ ਦਿੱਲੀ ਏਜੰਟੀ ਦਲ ਟ੍ਰਾਫਿਕੋ, ਜਿਹੜੇ ਟ੍ਰੈਫਿਕ ਪੁਲਿਸ ਵਾਲੇ ਹੁੰਦੇ ਨੇ, ਜੇਕਰ ਉਹਨਾਂ ਵੱਲੋਂ ਤੁਹਾਨੂੰ ਇਜਾਜ਼ਤ ਦਿੱਤੀ ਜਾਵੇ ਤਾਂ ਤੁਸੀਂ ਫੀਲੇ ਪਰਾਲੇਲੇ ਵਿੱਚ ਮਰਚਾਰੇ ਕਰ ਸਕਦੇ ਹੋ, ਆਵਾਜਾਈ ਕਰ ਸਕਦੇ ਹੋ। ਵੇਰੋ, ਕੌਨਸੈਂਟੀ ਤੋਂ ਲਾ ਮਾਰਚਾ ਪਰ ਫੀਲੇ ਪਰਾਲੇਲੇ ਸੁਸਤਰਾ ਦੇ ਆਦੂ ਏ ਕੋਰਸੀਏ ਪਰ ਸੈਂਸੋ ਦੀ ਮਾਰਚਾ ਆਧੁਨਿਕ ਕਰੋਚੋ ਰੈਗੂਲਾਤੋ ਦਾ ਸਿਮਾਫਰੋ। ਇਜਾਜ਼ਤ ਹੈ ਆਵਾਜਾਈ ਕਰਨ ਦੀ ਫੀਲੇ ਪੈਰਲਰ ਵਿੱਚ ਸੁਸਤਰਾ ਦਾ ਆਦੂ ਏ ਕੋਰਸੀਏ, ਇੱਕ ਸੜਕ ਜਿਹਦੇ ਦੋ ਕੋਰਸੀਏ ਨੇ, ਪਰ ਸੈਂਸੋ ਦੀ ਮਾਰਚਾ ਵੀ ਇੱਕ ਸਾਈਡ ਦੇ ਦੋ ਕੋਰਸੀਏ ਨੇ, ਆਧੁਨਿਕ ਕਰੋਚੋ ਇੱਕ ਚੁਰਾਹੇ ਤੇ ਜਿਹੜਾ ਰੈਗੂਲੇਟ ਕੀਤਾ ਗਿਆ ਸਿਮਾਫਰੋ ਨਾਲ। ਇੱਥੇ ਪੂਰੇ ਚੈਪਟਰ ਵਿੱਚ ਉਹਦਾ ਕਹਿਣ ਦਾ ਇਹ ਮਤਲਬ ਹੈ ਕਿ ਜਿਹੜੇ ਫੀਲੇ ਪਰਾਲੇਲੇ ਹੁੰਦੇ ਨੇ ਇਹਨਾਂ ਨੂੰ ਸੈੱਟ ਕੀਤਾ ਜਾਂਦਾ, ਰੈਗੂਲੇਟ ਕੀਤਾ ਜਾਂਦਾ, ਇਹਨਾਂ ਤੇ ਰੂਲ ਕੀਤਾ ਜਾਂਦਾ, ਜਾਂ ਤੇ ਸਿਮਾਫਰੋ ਵੱਲੋਂ ਤੇ ਜਾਂ ਏਜੰਸੀ ਦੀ ਟ੍ਰੈਫਿਕੋ, ਮਤਲਬ ਕਿ ਟ੍ਰੈਫਿਕ ਪੁਲਿਸ ਵੱਲੋਂ। ਇਹ ਦੋਨੋਂ ਹੀ ਫੀਲੇ ਪਰਾਲੇਲੇ ਦੀ ਆਪਾਂ ਨੂੰ ਇਜਾਜ਼ਤ ਦੇਣਗੇ। ਸੋ ਵੀ ਬੇਰੋ, ਅੱਗੇ ਕਹਿੰਦਾ ਦੀ ਨੋਰਮਾ ਕੌਨਸੈਂਟੀ ਤੋਂ ਗਿਆ ਜਾਰੇ ਪਰ ਫੀਲੇ ਪਰਾਲੇਲੇ ਲੁੰਗੋ ਇਲ ਤਰਾਤੋ ਦੀ ਸਤਰਾਦਾ ਕਿ ਪੋਰਤਾ ਆਧੁਨਿਕ ਕਰੋਚੋ ਰੈਗੂਲਾਤੋ ਦਾ ਏਜੰਸੀ ਦਲ ਟ੍ਰੈਫਿਕੋ। ਸੇਮ ਹੋਈ ਵੀ ਨੋਰਮਲੀ ਇਜਾਜ਼ਤ ਹੈ ਆਵਾਜਾਈ ਕਰਨ ਦੀ ਵਿਆਜ ਜਾਰੀ ਕਰਨ ਦੀ ਫੀਲੇ ਪਰਾਲੇਲੇ ਵਿੱਚ ਲੁੰਗੋ ਇਲ ਤਰਾਤੋ ਦੀ ਸਤਰਾਦਾ ਉਸ ਸੜਕ ਦੇ ਹਿੱਸੇ ਵਿੱਚ ਕਿ ਪੋਰਤਾ ਜਿਹੜੀ ਲੈ ਕੇ ਜਾਂਦੀ ਹੈ ਆਧੁਨਿਕ ਕਰੋਚੋ ਇੱਕ ਚੁਰਾਹੇ ਤੇ ਜਿਹੜਾ ਕਿ ਰੈਗੂਲੇਟ ਕੀਤਾ ਜਾਂਦਾ ਏਜੰਸੀ ਦਲ ਟ੍ਰੈਫਿਕੋ ਵੱਲੋਂ, ਟ੍ਰੈਫਿਕ ਪੁਲਿਸ ਵੱਲੋਂ। ਇਹ ਵੀ ਵੇਰ ਹੋ ਗਿਆ।
Percorrendo una carreggiata a senso unico, la svolta a sinistra si effettua mettendosi in una corsia qualsiasi se si viaggia per file parallele. Percorrendo una carreggiata e carreggiata degli andehoi, direi che senso unico va. La svolta a sinistra, murdehoi kabbe passe, si effettua mettendosi verdehoi entry kardehoi in una corsia qualsiasi, gire emergi corsie vece, se si viaggia je kardjande pio, file parallele vece. ਸੋ ਇੱਥੇ ਦੇ ਕਹਿਣ ਦਾ ਭਾਵ ਕੀ ਹੈ ਵੀ ਜੇਕਰ ਤੁਸੀਂ ਕਰੇ ਜਾਤਾ ਵਿੱਚ ਜਾਣਾ ਜਿਹੜਾ ਕਿ ਸੈਂਸ ਹੋਣੀ ਕੋ ਆ ਤੇ ਜੇਕਰ ਤੁਸੀਂ ਮੁੜਨਾ ਚਾਹੁੰਦੇ ਹੋ ਖੱਬੇ ਪਾਸੇ ਤੇ ਕਹਿੰਦਾ ਤੁਸੀਂ ਜਿਹੜੇ ਮਰਜ਼ੀ ਕੋਰਸੇ ਵਿੱਚ ਵੜ ਜਾਓ ਜੇਕਰ ਤੁਸੀਂ ਜਾਣਦੇ ਹੋ ਫੀਲੇ ਪਰਾਲੇਲੇ ਵਿੱਚ ਜੇਕਰ ਕਹਿੰਦਾ ਤੁਸੀਂ ਫੀਲੇ ਪਰਾਲੇਲੇ ਵਿੱਚ ਡਰਾਈਵ ਕਰਦੇ ਪਏ ਜਿਹੜੇ ਮਰਜ਼ੀ ਕੋਰਸੇ ਵਿੱਚ ਵੜ ਜਾਓ ਮਤਲਬ ਜੇਕਰ ਕੋਰਸ ਜੇਕਰ ਆਪਾਂ ਸਿਰ ਇਸ ਤਰ੍ਹਾਂ ਮੁੜਨਾ ਤੇ ਆਪਾਂ ਦਸ ਤਰ੍ਹਾਂ ਵਾਲੇ ਕੋਰਸੇ ਵਿੱਚ ਵੀ ਵੜ ਸਕਦੇ ਆ ਇਦਾਂ ਆਪਾਂ ਨਹੀਂ ਕਰ ਸਕਦੇ ਸੋ ਇਹ ਫਾਲਸ ਹੋ ਜੇਕਰ ਆਪਾਂ ਸਿਰ ਇਸ ਤਰ੍ਹਾਂ ਮੁੜਨਾ ਤੇ ਆਪਾਂ ਸਿਰ ਇਸ ਤਰ੍ਹਾਂ ਵਾਲੀ ਸਾਈਡ ਤੇ ਹੀ ਜਾਣਾ ਪਿਆ Anche che è consentito viaggiare per file parallele lungo il tratto di strada che porta ad un incrocio non regolato da semaforo o da agenti del traffico. Sarà semsi basate non aga scar che è falso hoga, non regolato lì che abbia set nei kitaga, semaforo o no. Falso? Nei centri urbani è consentito marciare per file parallele in qualunque condizioni di traffico. Un titolate andavo che nei centri urbani vi pendavece. ਇਜਾਜ਼ਤ ਹੈ ਮਰਚਾਰੇ ਕਰਨ ਦੀ ਫੀਲੇ ਪਰਾਲੇਲੇ ਵਿੱਚ ਮਤਲਬ ਕਿ ਆਪਾਂ ਡਰਾਈਵ ਕਰ ਸਕਦੇ ਹਾਂ ਫੀਲੇ ਪਰਾਲੇਲੇ ਵਿੱਚ ਇਨ ਕੁਆਲੂੰਕੁਏ ਜਿਹੜੀ ਮਰਜ਼ੀ ਕੰਡੀਸ਼ਨ ਹੋਵੇ ਟ੍ਰੈਫਿਕ ਦੀ ਕਹਿੰਦਾ ਜਿਹੜੀ ਮਰਜ਼ੀ ਕੰਡੀਸ਼ਨ ਹੋਵੇ ਟ੍ਰੈਫਿਕ ਦੀ ਆਪਾਂ ਫੀਲੇ ਪਰਾਲੇਲੇ ਵਿੱਚ ਡਰਾਈਵ ਕਰ ਸਕਦੇ ਹਾਂ ਪਿੰਡਾਂ ਵਿੱਚ ਫਾਲਸੋ ਕਿਉਂਕਿ ਜੇਕਰ ਸੰਘਣੀ ਟ੍ਰੈਫਿਕ ਹੋਵੇ ਤਾਂ ਹੀ ਆਪਾਂ ਫੀਲੇ ਪੈਰਲਲ ਵਰਤ ਸਕਦੇ ਹਾਂ ਜਾਂ ਕਿਸੇ ਪੁਲਿਸ ਵਾਲੇ ਨੇ ਕਿਹਾ ਹੋਵੇ ਜਾਂ ਕੋਈ ਸਮਾਫਰੋ ਆਈ ਹੋਵੇ ਤਾਂ ਵਰਤ ਸਕਦੇ ਹਾਂ ਨਹੀਂ ਤੇ ਨਹੀਂ Anche che durante la marcia per file parallele, percorrendo la corsia di sinistra, bisogna mantenere in funzione l'indicatore di direzione sinistro. Già tu si file parallele invece, drive per depeo, corsia di sinistra veggiare o, bisogna allora rakhna in funzione indicatore, l'indicatore già indicator honda, uno giocale na ceida, del direzione sinistro, direction khabbi se adala. ਪਰ ਫਾਲਸੋ ਐਸਾ ਕੁਦਰੇ ਵੀ ਓਬਲੀਗੋ ਨਹੀਂ ਹੈਗਾ ਵੀ ਜੇਕਰ ਤੁਸੀਂ ਖੱਬੀ ਸਾਈਡ ਦੇ ਕੋਰਸੇ ਵਿੱਚ ਜਾਣ ਰਹੇ ਹੋ ਤੁਸੀਂ ਖੱਬੀ ਸਾਈਡ ਵਾਲਾ ਇੰਡੀਕੇਟਰ ਵੀ ਜਗਾਣਾ ਐਸਾ ਕੁਝ ਵੀ ਨਹੀਂ ਹੈਗਾ ਆਪਣੇ ਆਪ ਚ ਫਾਲਸੋ ਹੈ ਅੱਗੇ ਕਹਿੰਦਾ ਲਾ ਮਾਰਚਾ ਪਰ ਫੀਲੇ ਪਰਾਲੇਲੇ ਨੋਨ ਹੈ ਮੈਸਾ ਸੇ ਲਾ ਸਟਰਾਦਾ ਹੈ ਉਹਨਾਂ ਸੋਲਾ ਕਰੇ ਜਾਤਾ ਕਹਿੰਦਾ ਫੀਲੇ ਪਰਾਲੇਲੇ ਵਿੱਚ ਆਵਾਜਾਈ ਕਰਨ ਦੀ ਇਜਾਜ਼ਤ ਨਹੀਂ ਹੈਗੀ ਨੋਨ ਹੈ ਮੈਸਾ ਇਜਾਜ਼ਤ ਨਹੀਂ ਹੈਗੀ ਸੇ ਲਾ ਸਟਰਾਦਾ ਜੇਕਰ ਸੜਕ ਹੈ ਉਹਨਾਂ ਸੋਲਾ ਕਰੇ ਜਾਤਾ ਤੇ ਉਹਦੇ ਤੇ ਇੱਕੋ ਹੀ ਕਰੇ ਜਾਤਾ ਹੈ ਹੁਣ ਜਰਾ ਇਹ ਵਾਲੀ ਫੋਟੋ ਧਿਆਨ ਨਾਲ ਦੇਖੋ ਇੱਕੋ ਹੀ ਕਰੇ ਜਾਤਾ ਹੈ ਤੇ ਜਵਾਬ ਵੀ ਹੈ ਪਿਛਲੀ ਵੀਡੀਓ ਦਾ ਇਹਨਾਂ ਮੈਂ ਸਵਾਲ ਵੀ ਪੁੱਛਿਆ ਸੀ ਕਿ ਇੱਕ ਕਰੇ ਜਾਤਾ ਕਿੰਨੇ ਕਰੇ ਜਾਤਾ ਨੇ ਸਿਰਫ ਇੱਕੋ ਹੀ ਕਰੇ ਜਾਤਾ ਹੈ ਕਿਉਂਕਿ ਇਹਦੇ ਵਿੱਚ ਸਪਾਤੀ ਟ੍ਰੈਫਿਕ ਨਹੀਂ ਹੈਗਾ ਤੇ ਇੱਥੇ ਕਹਿੰਦਾ ਜਿਹੜਾ ਇੱਕ ਕਰੇ ਜਾਤਾ ਹੋਵੇ ਉੱਥੇ ਆਪਾਂ ਫੀਲੇ ਪਰਾਲੇਲੇ ਵਿੱਚ ਨਹੀਂ ਜਾ ਸਕਦੇ ਪਰ ਇਸ ਧਿਆਨ ਦਿਓ ਕਰੇ ਜਾਤਾ ਇੱਕੋ ਹੈ ਪਰ ਕੋਰਸੀ ਤਿੰਨ ਨੇ ਇੱਕ ਸਾਈਡ ਦੇ ਸੋ ਆਪਾਂ ਫੀਲੇ ਪਰਾਲੇਲੇ ਵਿੱਚ ਜਾ ਸਕਦੇ ਹਾਂ ਫਾਲਸੋ ਅੱਗੇ ਅਗਲੇ ਸਵਾਲ ਤੇ ਡੂਰਾਂਤੇ ਲਾ ਮਾਰਚਾ ਪਰ ਫੀਲੇ ਪਰਾਲੇਲੇ ਈ ਮੋਟੋਸਾਈਕਲੀ ਪੋਸਨ ਪ੍ਰੋਚੇਦਰੇ passando tra i vicoli affiancati. Jo tusi file parallele vich jande pe ho motorcyclean wale possono procedere o ja sakde ne passando nikalde hoye tra i vicoli affiancati. Kehnda gaddiyan de saidan vichon nikal sakde ne. Do gaddiyan hon gayan unna de vichkaru matlab ke nikal sakda. Falso, idda nahi kar sakde. Vadde agge 542 number page marcha per file parallele su una strada a doppio senso di marcia con due corsie. Do corsie ne ਹੁਣ ਇੱਥੇ ਆਪਾਂ ਫੀਲੇ ਪਰਾਲੇਲੇ ਵਿੱਚ ਜਾ ਸਕਦੇ ਹਾਂ ਕਿ ਨਹੀਂ ਇਹ ਦੇ ਬਾਰੇ ਆਪਾਂ ਹੁਣ ਗੱਲ ਕਰਾਂਗੇ ਹੈ ਕੋਨਸੈਂਟੀਟੋ ਵਿਆਜਾਰੇ ਪਰ ਫੀਲੇ ਪਰਾਲੇਲੇ ਸੁ ਸਟਰਾਦਾ ਕੋ ਦੂਏ ਕੋਰਸੀਏ ਆ ਡੋਪਿਓ ਸੈਂਸੋ ਦੀ ਮਾਰਚਾ ਕਮੇ ਫਿਗੂਰਾ ਦੋ ਕੋਰਸੀਏ ਨੇ ਪਰ ਦੋਨੋ ਸਾਈਡ ਦੀ ਆਵਾਜਾਈ ਹੈ ਇਧਰ ਵੀ ਜਾ ਰਹੀ ਤੇ ਇਧਰ ਵੀ ਜਾ ਰਹੀ ਹੈ ਤੇ ਇਥੇ ਨੇ ਲਿਖਤਾ ਹੈ ਕੋਨਸੈਂਟੀਟੋ ਵਿਆਜਾਰੇ ਪਰ ਫੀਲੇ ਪਰਾਲੇਲੇ ਮਤਲਬ ਕਿ ਦੋ ਗੱਡੀਆਂ ਇੱਕ ਦੂਜੇ ਦੇ ਬਰਾਬਰ ਜਾ ਸਕਦੀਆਂ ਨੇ ਫਾਲਸੋ ਕਿਉਂਕਿ ਇਧਰੋਂ ਗੱਡੀ ਆਣੀ ਹੈ ਨਾ ਕਿ ਜਾਣੀ Falso. Vediamo le peste. 543. Marcia per file parallele su una strada con almeno due corsie per senso di marcia. Due corsie per senso di marcia. Arsedri. Su strade con almeno due corsie per senso di marcia, come in figura, qualora il traffico sia inteso, si può viaggiare per file parallele. E su alda giovava papella vi carchete. Tekenda xadek. E tekenda cartogra due corsie per side. Arsed di giandi. ਜਿੱਦਾਂ ਕਿ ਫੋਟੋ ਦਿਖਾਇਆ ਗਿਆ ਕੁਐਲ ਓਰਾ ਜਦੋਂ ਟ੍ਰੈਫਿਕ ਜ਼ਿਆਦਾ ਹੋਵੇ ਸੰਘਣੀ ਹੋਵੇ ਸਿਪੋ ਵਿਆਜਾਰੇ ਪਰ ਫੀਲੇ ਪਰਾਲੇਲੇ ਉਦੋਂ ਤੁਸੀਂ ਕਰ ਸਕਦੇ ਹੋ ਡਰਾਈਵ ਕਰ ਸਕਦੇ ਹੋ ਫੀਲੇ ਪਰਾਲੇਲੇ ਵਿੱਚ ਮੇਰੋ ਮੈਂ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਵੀ ਜੇਕਰ ਬਹੁਤ ਜ਼ਿਆਦਾ ਸੰਘਣੀ ਟ੍ਰੈਫਿਕ ਹੈ ਤੇ ਆਪਾਂ ਫੀਲੇ ਪਰਾਲੇਲੇ ਵਿੱਚ ਡਰਾਈਵ ਕਰ ਸਕਦੇ ਹਾਂ ਮੇਰੋ ਐ ਸੈਂਪਰੇ ਕੋਨਸੈਂਟੀਟੋ ਵਿਆਜਾਰੇ ਪਰ ਫੀਲੇ ਪਰਾਲੇਲੇ ਸੇ ਲਾ ਕਰੇ ਜਾਤਾ ਆ ਡੋਪਿਓ ਸੈਂਸੋ
ha almeno due corsie per ogni senso di marcia, come quella in figura. Hamesha ijazat hai kehnda viajare karan di. Itthe hi false ho janda, jithe ne kehta bhi hamesha ijazat hai viajare karan di, pile parare de vich. Agge kehnda se la kare jata, jekar kare jata. A doppio senso, onde do saida ne, ha almeno due corsie. Di doppio senso ha te due corsie per ogni senso di marcia. Har side nu do corsie ne, come quella in figura. ਉਹਨੇ ਤੇ ਕਹਿੰਦਾ ਜਿਵੇਂ ਫੋਟੋ ਦਿਖਾਏਗੀ ਇਵੇਂ ਤੁਹਾਡੇ ਕੋਲ ਹਮੇਸ਼ਾ ਇਜਾਜ਼ਤ ਹੈ, ਹਮੇਸ਼ਾ ਇਜਾਜ਼ਤ ਤੁਸੀਂ ਪੈਰਲਰ ਜਾ ਸਕਦੇ ਦੂਸਰੇ ਦੇ। ਫਾਲਸੋ ਕਿਉਂਕਿ ਇੱਥੇ ਆਪਾਂ ਹਮੇਸ਼ਾ ਨਹੀਂ ਜਾ ਸਕਦੇ, ਜਦੋਂ ਟ੍ਰੈਫਿਕ ਜ਼ਿਆਦਾ ਹੋਏਗੀ ਸਿਰਫ ਉਦੋਂ ਹੀ ਜਾ ਸਕਦੇ ਹਾਂ। 543 ਕੰਪਲੀਟ, 544 ਨੰਬਰ ਪੇਜ। ਮਾਰਚਾ ਪਰ ਫਿਲੇ ਪਰ ਲੈ ਲਿਆ ਸੁਨਾ ਸਤਰਾਦਾ ਕੁਨ ਟ੍ਰੈਕ ਕੁਰਸੀ ਪਰ ਸੈਂਸੋ ਦੀ ਮਾਰਚਾ। ਤਿੰਨ ਕੁਰਸੀ ਆ ਗਏ ਜਿਵੇਂ ਆਟੋ ਸਤਰਾਦਾ ਤੇ ਹੁੰਦੇ ਨੇ ਨੋਰਮਲੀ, ਉਵੇਂ ਕਹਿੰਦਾ ਤਿੰਨ ਕੁਰਸੀ ਇੱਥੇ ਕਹਿੰਦਾ, ਪਰ ਆਟੋ ਸਤਰਾਦਾ ਨਹੀਂ ਹੈਗਾ ਤੁਹਾਨੂੰ ਦੱਸਦਾ ਕਿਉਂਕਿ ਇੱਥੇ ਸਪਾਰਤੀ ਟ੍ਰੈਫਿਕ ਨਹੀਂ ਹੈਗਾ। ਕੀ ਕਹਿੰਦਾ, ਲੋਬਲੀਗੋਟੋਰੀਓ ਵਿਆਜਾਰੇ ਪਰ ਫਿਲੇ ਪਰਾਲੇਲੇ ਸੁੱਲੇ ਕਰੇ ਜਾਤੇ ਅਤਰੇ ਕੋਰਸੀਏ ਪਰ ਸੈਂਸੋ ਦੀ ਮਾਰਚਾ ਕੋਮੇ ਇੱਕ ਪਹਿਲਾਂ ਫਿਗੂਰਾ। ਹੁਣ ਇਹ ਫਾਲਸੋ ਆ, ਕਿਉਂ ਫਾਲਸੋ ਆ ਮੈਨੂੰ ਕਮੈਂਟਾਂ ਵਿੱਚ ਦੱਸਿਓ। 545 ਨੰਬਰ ਪੇਜ, ਮਾਰਚਾ ਪਰ ਫਿਲੇ ਪਰਾਲੇਲੇ ਸੁਨਾ ਸਤਰਾਦਾ ਸੈਂਸੋ ਓਨਿਕੋ ਕੋਨ ਤਰੇ ਕੋਰਸੀਏ, ਤਿੰਨ ਕੋਰਸੀਏ ਸੈਂਸੋ ਓਨਿਕੋ, ਜਿਵੇਂ ਕਿ ਫੋਟੋ ਦਿਖਾਇਆ ਗਿਆ ਜੀ ਬੀ ਆ, ਮਤਲਬ ਕਿ ਤਿੰਨੋਂ ਗੱਡੀਆਂ ਇੱਕੋ ਸਾਈਡ ਨੂੰ ਜਾਣ ਦੀਆਂ ਨੇ। ਕੀ ਕਹਿੰਦਾ, ਇਨ ਕੋਨੀਸੀਓਨੇ ਦੀ ਟ੍ਰਾਫਿਕੋ ਇੰਤੇਜ਼ੋ ਸੁਕਰੇ ਜਾਤਾ ਸੈਂਸੋ ਓਨਿਕੋ ਅਤਰੇ ਕੋਰਸੀਏ ਕੋਮੇ ਫਿਗੂਰਾ, ਇਹ ਕੰਸੈਂਟੀਟੋ ਵਿਆਜਾਰੇ ਪਰ ਫਿਲੇ ਪਰਾਲੇਲੇ। ਕੰਡੀਸ਼ਨ ਟ੍ਰੈਫਿਕ ਜਦੋਂ ਬਹੁਤ ਜ਼ਿਆਦਾ ਹੋਵੇ ਕਰੇ ਜਾਤਾ, ਜਿਹੜਾ ਸੈਂਸੋ ਓਨਿਕੋ ਆ ਤੇ ਤਿੰਨ ਕੋਰਸੀ ਨੇ ਜਿੱਦਾਂ ਕਿ ਫੋਟੋ ਦਿਖਾਇਆ ਗਿਆ ਉੱਥੇ ਇਜਾਜ਼ਤ ਹੈ ਵਿਆਜਾਰੇ ਕਰਨ ਦੀ ਫਿਲੇ ਪਰਾਲੇਲੇ ਵਿੱਚ। ਮੇਰੋ 546 ਓਬਲੀਗੀ ਪਰ ਕੀ ਇਨ ਤਿੰਨ ਦੇ ਕੰਬਿਆਰੇ ਦਾ ਕੋਰਸੀ ਆ, ਜ਼ਰੂਰੀ ਆ ਜਿਹੜੇ ਕਿ ਚਾਹੁੰਦੇ ਨੇ ਬਦਲਣਾ ਕੋਰਸੀ ਆ। ਭਾਗ ਪਹਿਲਾ, ਕਿੰਤੇਨ ਦੇ ਕੰਬਿਆਰੇ ਲਾ ਕੋਰਸੀਆ ਦੇਵੇ ਕੰਟਰੋਲਾਰੇ ਕੇ ਲਾ ਕੋਰਸੀਆ ਕੇ ਵੋਲੇ ਓਕੁਪਾਰੇ ਸੀਆ ਲਿਬਰਾ ਦਵਾਂਤੀ ਪਰ ਉਨ ਤਰਾਤੋ ਸੁਫੀਚੇਂਤੇ। ਧਿਆਨ ਦੇਵੋ, ਹੁਣ ਇੱਥੇ ਆਪਾਂ ਨੂੰ ਦੱਸਿਆ ਜਾਣ ਡਿਆ ਵੀ ਜਦੋਂ ਆਪਾਂ ਇੱਕ ਕੋਰਸੀਆ ਬਦਲਨੇ ਪਏ ਆ ਤੇ ਆਪਾਂ ਨੂੰ ਕੀ ਕੁਝ ਗੱਲਾਂ ਆਪਣੇ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ ਨੇ ਕੋਰਸੀਆ ਬਦਲਣ ਦੀ ਗੱਲ ਹੋਣ ਡਈ। ਇੱਥੇ ਕਿੰਤੇਨ ਦੇ ਕੰਬਿਆਰੇ ਲਾ ਕੋਰਸੀਆ ਜਿਹੜਾ ਚਾਹੁੰਦਾ ਹੈ ਬਦਲਣਾ ਕੋਰਸੀਏ ਨੂੰ, ਦੇਵੇ ਕੰਟਰੋਲਾਰੇ ਉਹਨੂੰ ਚੈੱਕ ਕਰਨਾ ਪੈਣਾ, ਕੰਟਰੋਲ ਕਰਨਾ ਪੈਣਾ ਕੇ ਲਾ ਕੋਰਸੀਆ ਵੀ ਉਹ ਕੋਰਸੀਆ ਕੇ ਬੋਲੇ ਓਕੁਪਾਰੇ ਵੀ ਜਿਹਨੂੰ ਉਹ ਬਿਜ਼ੀ ਕਰਨਾ ਚਾਹੁੰਦਾ, ਜਿਹਨੂੰ ਉਹ ਵਰਤਣਾ ਚਾਹੁੰਦਾ ਹੈ। ਸੀਆ ਲਿਬਰਾ ਦਵਾਂਤੀ ਵੀ ਅੱਗੋਂ ਉਹ ਖਾਲੀ ਹੋਵੇ ਪਰ ਉਨ ਤਰਾਤੋ ਸੁਫੀਸ਼ੀਐਂਟ ਤੇ, ਇੱਕ ਹਿੱਸੇ ਲਈ ਜਿਹੜਾ ਕਿ ਕਾਫੀ ਹੋਵੇ ਤੁਹਾਡੇ ਲਈ ਵੀ ਤੁਹਾਡੀ ਗੱਡੀ ਅੱਗੇ ਤੋਂ ਰੁਕੇ, ਐਸਾ ਉਹ ਕਾਫੀ ਹੋਵੇ, ਐਸਾ ਉਹ ਸੁਫੀਸ਼ੀਐਂਟ ਹੋਵੇ, ਮਤਲਬ ਕਿ ਠੀਕ ਹੋਵੇ, ਜਗ੍ਹਾ ਹੋਵੇ ਤੁਹਾਡੇ ਕੋਲ ਵੀ ਜਿੱਥੇ ਜਿੱਥੇ ਜਾ ਕੇ ਤੁਸੀਂ ਆਪਣੀ ਗੱਡੀ ਨੂੰ ਅੰਦਰ ਵਾੜ ਸਕਦੇ ਹੋ ਕੁਰਸੀ ਦੇ ਵਿੱਚ। ਐਂ ਨਹੀਂ ਕਿ ਦੋ ਗੱਡੀਆਂ ਵੀ ਕੋਈ ਫਸੀਆਂ ਪਈਆਂ ਤੇ ਨਵੇਂ ਜਾ ਗੱਡੀ ਵਾੜਤੀ। ਸੋ ਇੱਥੇ ਕਹਿੰਦਾ ਵੀ ਜਗ੍ਹਾ ਹੋਣੀ ਚਾਹੀਦੀ ਤੁਹਾਡੇ ਕੋਲ ਜਿੱਥੇ ਤੁਸੀਂ ਗੱਡੀ ਵਾੜਨੀ ਹੈ। ਮੇਰੋ ਅੱਗੇ ਕਹਿੰਦਾ, ਸਿਆਲੀ ਵਰਾ ਦੀਏਤਰੋ ਪਰ ਉਨ ਤਰਾਤੋ ਸੁਫੀਸ਼ੀਐਂਟੇ, ਇੱਥੇ ਦਵਾਂਤੀ ਲਿਖਿਆ ਸੀ, ਇੱਥੇ ਦੀਏਤਰੋ ਲਿਖਿਆ ਸੀ, ਮਤਲਬ ਕਿ ਅੱਗੇ ਵੀ ਜਗ੍ਹਾ ਹੋਵੇ ਤੇ ਪਿੱਛੇ ਵੀ ਜਗ੍ਹਾ ਹੋਵੇ, ਵੀ ਤੁਹਾਡੀ ਗੱਡੀ ਜਿੱਥੇ ਵੜੇਗੀ ਉਹਦੇ ਅਗਲੇ ਸਾਈਡ ਜਿਹੜੀ ਗੱਡੀ ਜਾ ਰਹੀ ਹੈ ਉਹਦੇ ਤੋਂ ਤੁਹਾਡੀ ਦੂਰੀ ਵੀ ਚੰਗੀ ਹੋਵੇ, ਜਿਹੜੀ ਤੁਹਾਡੀ ਗੱਡੀ ਪਿੱਛੇ ਆ ਉਹਦੇ ਤੋਂ ਤੁਹਾਡੀ ਦੂਰੀ ਵੀ ਚੰਗੀ ਹੋਵੇ। ਮੇਰੋ ਅੱਗੇ ਕਹਿੰਦਾ, ਪਰ ਐਫੇਤੁਆਰੇ ਉਨ ਸੁਰਪਾਸੋ ਦੇਵੇ ਕੰਟਰੋਲਾਰੇ ਕੇ ਇਲ ਵੀਕੋਲੋ ਕੇ ਸੀ ਸਤਾ ਦਵਾਂਤੀ ਨੋਨ ਆਬਿਆ ਸੇਨਲਾਤੋ ਨੀਚਿਓ ਦਲ ਸਟੈਸੋ ਮਨੋਵਰਾ। ਕਹਿੰਦਾ ਸ਼ੁਰੂ ਕਰਨ ਲਈ ਇੱਕ ਓਵਰਟੇਕ ਨੂੰ ਦੇਵੇ ਕੰਟਰੋਲਾਰੇ ਚੈੱਕ ਕਰਨਾ ਪੈਣਾ ਕਿ ਇਲਵੀ ਕੋਲੋ ਗੱਡੀ ਕੇ ਸਤਾ ਦਵਾਂਤੀ ਜਿਹੜੀ ਤੁਹਾਡੇ ਅੱਗੇ ਆ ਨੋਨ ਆਬਿਆ ਸੇਨਲਾਤੋ ਵੀ ਉਹਨੇ ਵੀ ਸਾਈਨ ਨਾ ਦਿੱਤਾ ਹੋਵੇ, ਇੰਡੀਕੇਟਰ ਨਾ ਜਗਾਇਆ ਹੋਵੇ, ਐਸਾ ਕੁਛ। ਲਿਨੀਚਿਓ ਸ਼ੁਰੂਆਤ ਦਲ ਸਟੈਸਾ ਮਨੋਵਰਾ ਵੀ ਉਹੀ ਸੇਮ ਜੋ ਤੁਸੀਂ ਕਰਨਾ ਚਾਹੁੰਦੇ ਹੋ, ਜਿਹੜਾ ਸੇਮ ਕੰਮ ਤੁਸੀਂ ਕਰਨਾ ਚਾਹੁੰਦੇ ਹੋ, ਮਤਲਬ ਕਿ ਸੇਮ ਓਵਰਟੇਕ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਉਸਾ ਹੀ ਸੇਮ ਤੁਹਾਡੇ ਅਗਲੀ ਗੱਡੀ ਨੇ ਨਾ ਸ਼ੁਰੂ ਕਰਤਾ ਹੋਵੇ, ਇਸ ਕਰਕੇ ਕਹਿੰਦਾ ਚੈੱਕ ਕਰ ਲਿਆ ਕਰੋ ਹਮੇਸ਼ਾ ਵੀ ਉਹਨੇ ਕਿਧਰ ਇੰਡੀਕੇਟਰ ਤੇ ਨਹੀਂ ਦਿੱਤਾ, ਉਹ ਕਿਧਰੇ ਚਾਹੁੰਦਾ ਤੇ ਨਹੀਂ ਮੁੜਨਾ। ਸੋ ਹਮੇਸ਼ਾ ਚੈੱਕ ਕਰੋ ਵੀ ਤੁਹਾਡੇ ਅੱਗੇ ਵਾਲਾ ਵੀ ਕੀ ਚਾਹੁੰਦਾ ਪਿਆ। ਵੇਰੋ ਅੱਗੇ ਕਹਿੰਦਾ, ਦੇਵੇ ਸੇਨੇ ਲਾ ਰੇ ਲਾ ਮਨੋਵਰਾ ਇਨ ਅੰਤੀਚੀਪੋ ਤ੍ਰਾਮੀ ਤੇ ਇੰਦੀ ਕਾ ਤੋਰੇ ਦੀ ਦ੍ਰਿਸ਼ਿਓ ਨੇ, ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਸਾਈਨ ਦੇਣਾ ਪੈਣਾ ਲਾ ਮਨੋਵਰਾ ਇਨ ਅੰਤੀਚੀਪੋ ਵੀ ਤੁਸੀਂ ਜਿਹੜਾ ਕੰਮ ਕਰਨਾ ਚਾਹੁੰਦੇ ਹੋ ਐਡਵਾਂਸ 'ਚ ਦੱਸ ਦਿਓ, ਤ੍ਰਾਮੀ ਤੇ ਇਹਦੇ ਦੁਆਰਾ ਕਿਹਦੇ ਦੁਆਰਾ ਲਿੰਦਿਕਾ ਤੋਰੇ ਦੀ ਦ੍ਰਿਸ਼ਿਓ ਨੇ, ਮਤਲਬ ਕਿ ਇੰਡੀਕੇਟਰ, ਦ੍ਰਿਸ਼ਿਓ ਨੇ ਡਾਇਰੈਕਸ਼ਨ, ਇੰਦਿਕਾ ਤੋਰੇ ਇੰਡੀਕੇਟਰ, ਜਿਹੜਾ ਡਾਇਰੈਕਸ਼ਨ ਵਾਲਾ ਇੰਡੀਕੇਟਰ ਹੈ ਉਹਦੇ ਦੁਆਰਾ ਤੁਹਾਨੂੰ ਆਪਣਾ ਪਹਿਲਾਂ ਹੀ ਐਡਵਾਂਸ 'ਚ ਦੱਸਣਾ ਪੈਣਾ ਕਿ ਤੁਸੀਂ ਹੁਣ ਮੁੜਨਾ ਚਾਹੁੰਦੇ ਹੋ, ਵੀ ਤੁਸੀਂ ਹੁਣ ਓਵਰਟੇਕ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਕੋਰਸੀਆ ਬਦਲਣਾ ਚਾਹੁੰਦੇ ਹੋ। ਹੁਣ ਇੱਥੇ ਧਿਆਨ ਦੇਵੋ ਕਿ ਆਪਾਂ ਨੂੰ ਜਦੋਂ ਵੀ ਆਪਾਂ ਆਪਣਾ ਕੋਰਸੀਆ ਬਦਲਣਾ ਚਾਹੁੰਦੇ ਹਾਂ ਉਦੋਂ ਆਪਾਂ ਨੂੰ ਹਮੇਸ਼ਾ ਇੰਡੀਕੇਟਰ ਲਗਾ ਕੇ ਹੀ ਕੋਰਸੀਆ ਬਦਲਣਾ ਚਾਹੀਦਾ, ਕਦੇ ਵੀ ਬਿਨਾਂ ਇੰਡੀਕੇਟਰ ਤੋਂ ਕੋਰਸੀਆ ਨਹੀਂ ਬਦਲਣਾ ਚਾਹੀਦਾ, ਇਹ ਬਹੁਤ ਜ਼ਿਆਦਾ ਰਿਸਕੀ ਹੋ ਸਕਦਾ ਕਿਉਂਕਿ ਪਿੱਛੇ ਵਾਲੇ ਨੂੰ ਪਤਾ ਨਹੀਂ ਲੱਗੇਗਾ ਵੀ ਤੁਸੀਂ ਕੀ ਕਰਨਾ ਚਾਹੁੰਦੇ ਹੋ। ਵੇਰੋ ਅੱਗੇ ਕਹਿੰਦਾ, ਨੋਨ ਦੇਵੇ ਕਰਿਆਰੇ ਇੰਤਰਾਲਚੋ ਉਹ ਪੈਰੀ ਕਰੋ ਪਰ ਕੀ ਪਰ ਕੋਰੇ ਲਾ ਕੋਰਸੀਆ ਕੇ ਬੋਲੇ ਇੰਪੇਨਿਆਰੇ, ਸੇਮ ਹੋਈ
ਨਹਾਉਂਦੇ ਵੇ ਕਰਿਆਰੇ ਵੀ ਨਹੀਂ ਬਣਾਣੀ ਰੁਕਾਵਟ ਜਾਂ ਖਤਰਾ ਪਰ ਕੀ ਪਰ ਕੋਰੇ ਲਾ ਕੋਰਸੀਆ ਵੀ ਜਿਹੜਾ ਜਾਣ ਡਿਆ ਜਿਹੜਾ ਚੱਲਦਾ ਪਿਆ ਇਸ ਕੋਰਸੀਆ ਉੱਤੇ ਕਿ ਬੋਲੇ ਇੰਪੇਨਿਆਰੇ ਵੀ ਜਿਹੜਾ ਤੁਸੀਂ ਚਾਹੁੰਦੇ ਹੋ ਬਿਜ਼ੀ ਕਰਨਾ ਜਿਹਨੂੰ ਤੁਸੀਂ ਵਰਤਣਾ ਚਾਹੁੰਦੇ ਜਿਹੜੇ ਕੋਰਸੀਆਂ ਨੂੰ ਵਰਤਣਾ ਚਾਹੁੰਦੇ ਹੋ ਉਹ ਕੋਰਸੀ ਵਿੱਚ ਰੁਕਾਵਟ ਨਾ ਪੈਦਾ ਹੋਵੇ ਜਾਂ ਕੋਈ ਖਤਰਾ ਨਾ ਪੈਦਾ ਹੋਵੇ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਵੀਰੋ ਨਹਾਉਂਦੇ ਵੇ ਅਕਸੀਓਨਾਰੇ ਨਿੰਦਿਗਾ ਧੋਰੇ ਦੀ ਦ੍ਰਿਸ਼ਿਓ ਨੇ ਸੇਲ ਅਸਤਰਾ ਦਾ ਲਿਬਰਾ ਕਹਿੰਦਾ ਤੁਹਾਨੂੰ ਲੋੜ ਨਹੀਂ ਹੈਗੀ ਵੀ ਤੁਸੀਂ ਇੰਡੀਕੇਟਰ ਜਗਾਓ ਜੇਕਰ ਸੜਕ ਖਾਲੀ ਹੈ ਤੇ ਜੇਕਰ ਸੜਕ ਖਾਲੀ ਹੈ ਤੇ ਕਹਿੰਦਾ ਇੰਡੀਕੇਟਰ ਦਿਓ ਵੀ ਨਾ ਫਾਲਸੋ ਆਪਾਂ ਨੂੰ ਇੰਡੀਕੇਟਰ ਤਾਂ ਵੀ ਦੇਣਾ ਚਾਹੀਦਾ ਇੱਕ ਆਦਤ ਬਣੀ ਰਹਿੰਦੀ ਹੈ ਸਹੀ ਰਹਿੰਦਾ ਸੋ ਖਾਲੀ ਹੈ ਭਾਵੇਂ ਨਹੀਂ ਹੈ ਤੁਹਾਨੂੰ ਇੰਡੀਕੇਟਰ ਦੇਣਾ ਜ਼ਰੂਰੀ ਹੈ ਅੱਗੇ ਵਧਦੇ ਹਾਂ ਆ ਲੋਬਲੀਗੋ ਦੀ ਸੇਨੇਲਾਰੇ ਲਾ ਮਨੋਵਰਾ ਕੌਨ ਊਜ਼ੋ ਦੀ ਅਵੀਜ਼ਾ ਤੋਰੇ ਅਕੁਇਸਟਿਕੋ ਕਲਾਕਸੋਨ ਓਲ ਤ੍ਰੋਂਬੇ ਸੋ ਇੱਥੇ ਵੀ ਕਹਿੰਦਾ ਵੀ ਓਬਲੀਗੋ ਵੀ ਜ਼ਰੂਰੀ ਆ ਵੀ ਸਾਈਨ ਦਵੋ ਵੀ ਤੁਸੀਂ ਕਰਨ ਲੱਗੇ ਹੋ ਕੌਨ ਊਜ਼ੋ ਦੀ ਅਵੀਜ਼ਾ ਤੋਰੇ ਅਕੁਇਸਟਿਕੋ ਵੀ ਜਿਹੜਾ ਤੁਹਾਡਾ ਹੋਰਨ ਹੈ ਉਹਨੂੰ ਵਜਾ ਕੇ ਤੁਸੀਂ ਅਗਲੇ ਨੂੰ ਪਹਿਲਾਂ ਹੀ ਸਾਈਨ ਦੇ ਦਿਓ ਵੀ ਮੈਂ ਓਵਰਟੇਕ ਕਰਨ ਲੱਗਾ ਫਾਲਸੋ ਇੱਦਾਂ ਕਦੀ ਵੀ ਤੁਸੀਂ ਹੋਰਨ ਨਹੀਂ ਵਜਾਣਾ ਓਵਰਟੇਕ ਕਰਨ ਤੋਂ ਪਹਿਲਾਂ ਅੱਗੇ ਪ੍ਰੀਮਾ ਦੀ ਕੰਬਿਆਰੇ ਲਾ ਕੋਰਸੀਆ ਇਹ ਨੈਸੇਸਾਰੀਓ ਅੱਚੇ ਤਾਰੇ ਕੇ ਲਾ ਕੋਰਸੀਏ ਸਿਆਨੋ ਸੇਪਰਾਤੇ ਦਾ ਉਹਨਾਂ ਸਤ੍ਰੀਸ਼ਾ ਕੰਟੀਨੂਆ ਹਾਂਜੀ ਹੁਣ ਇਸ ਸਵਾਲ ਦਾ ਜਵਾਬ ਮੈਨੂੰ ਤੁਸੀਂ ਦਿਓਗੇ ਵੀ ਇਹ ਕਿਉਂ ਫਾਲਸੋ ਹੋਇਆ ਇਹ ਤੁਹਾਡਾ ਇਹ ਪਹਿਲਾ ਸਵਾਲ ਉਹਦੇ ਅਗਲੇ ਪੇਜ ਤੇ 547 ਭਾਗ ਦੂਜਾ ਕੀ ਕਹਿੰਦਾ ਕੁਆਂਡੋ ਸੀ ਬੋਲੇ ਕੰਬਿਆਰੇ ਨੋਨ ਸੀ ਦੇ ਵਿਕਰਿਆਰੇ ਇੰਤਰਾਲਚੋ ਓ ਪੇਰੀਕੋਲੋ ਅਕੀ ਸੀ ਨੋਨ ਸੁਲਾ ਕੋਰਸੀਆ ਦਾ ਇੰਪੇਨਿਆਰੇ ਜਦੋਂ ਤੁਸੀਂ ਚਾਹੁੰਦੇ ਹੋ ਬਦਲਣਾ ਕੋਰਸੀਆ ਨੂੰ ਨੋਨ ਸੀ ਦੇ ਵਿਕਰਿਆਰੇ ਵੀ ਨਹੀਂ ਪੈਦਾ ਕਰਨਾ ਨਹੀਂ ਬਣਾਉਣਾ ਰੁਕਾਵਟ ਜਾਂ ਖਤਰਾ ਅਕੀ ਸੀ ਤਰੋਵਾ ਸੁਲਾ ਕੋਰਸੀਆ ਦਾ ਇੰਪੇਨਿਆਰੇ ਜਿਹੜਾ ਤੁਹਾਨੂੰ ਮਿਲੇਗਾ ਉਸ ਕੋਰਸੀਏ ਉੱਤੇ ਮਤਲਬ ਜਿਹੜੀ ਗੱਡੀ ਤੁਹਾਨੂੰ ਉਸ ਕੋਰਸੀ ਵਿੱਚ ਮਿਲੇਗੀ ਜਿਹੜਾ ਤੁਸੀਂ ਹੁਣ ਬਦਲਣਾ ਚਾਹੁੰਦੇ ਹੋ ਉਹਦੇ ਉੱਤੇ ਜਿਹੜੀ ਗੱਡੀ ਮਿਲੇਗੀ ਉਹਦੇ ਤੁਸੀਂ ਰੁਕਾਵਟ ਜਾਂ ਖਤਰਾ ਨਹੀਂ ਬਣਨਾ ਵੇਰੋ ਅੱਗੇ ਕਹਿੰਦਾ ਸਿੱਧੇ ਵੇਸੇ ਨਿਲਾਰੇ ਇਨ ਆਂਤੀਚੀਪੋ ਲਾ ਮਨੂਰਾ ਦਾ ਕੋਂਪੀਏਰੇ ਸੋ ਇੱਥੇ ਕਹਿੰਦਾ ਵੀ ਜਿਹੜਾ ਤੁਸੀਂ ਕੋਰਸੀਆ ਬਦਲਣਾ ਚਾਹੁੰਦੇ ਹੋ ਤੁਹਾਨੂੰ ਸਿਨੇਲਾਰੇ ਪਹਿਲਾਂ ਹੀ ਕਰਨਾ ਪੈਣਾ ਐਡਵਾਂਸ 'ਚ ਕਰਨਾ ਪੈਣਾ ਆਂਤੀਚੀਪੋ ਐਡਵਾਂਸ ਲਾ ਮਨੋਵਰਾ ਦਾ ਕੰਪੀਅਰੇ ਵੀ ਜਿਹੜਾ ਕੰਮ ਤੁਸੀਂ ਜਿਹੜੀ ਕਿਰਿਆ ਤੁਸੀਂ ਕਰਨਾ ਚਾਹੁੰਦੇ ਹੋ ਜਿਹੜੀ ਤੁਸੀਂ ਕਿਰਿਆ ਪੂਰੀ ਕਰਨਾ ਚਾਹੁੰਦੇ ਹੋ ਕਹਿੰਦਾ ਉਹਦੇ ਲਈ ਤੁਹਾਨੂੰ ਸਿਨੇਲਾਰੇ ਆਂਤੀਚੀਪੋ ਦੇਣਾ ਪੈਣਾ ਵੀ ਜਾਂ ਇੰਡੀਕੇਟਰ ਜਿਹੜਾ ਹੈ ਉਹ ਤੁਹਾਨੂੰ ਜਗਾਉਣਾ ਪੈਣਾ ਵੇਰੋ ਅੱਗੇ ਕਹਿੰਦਾ ਹੈ ਬਿਜ਼ੋਨਿਆ ਕੰਟਰੋਲਾਰੇ ਕੇ ਲਾ ਕੋਰਸੀਆ ਦਾ ਇੰਪੇਨਿਆਰੇ ਸੀਆ ਲਿਬਰਾ ਦਵਾਂਤੀ ਪਰ ਉਹਨੂੰ ਤਰਾਤੋ ਸਫੀਸ਼ੀਅੰਟ ਤੇ ਇਹ ਵੀ ਸੇਮ ਜਿਹੜਾ ਆਪਾਂ ਪਿੱਛੇ ਕਰਕੇ ਹਟਿਆ ਵੀ ਲੋੜ ਹੈ ਕੰਟਰੋਲ ਕਰਨ ਦੀ ਚੈੱਕ ਕਰਨ ਦੀ ਕਿ ਲਾ ਕੋਰਸੀਆ ਜਿਹੜਾ ਕੋਰਸੀਆ ਤੁਸੀਂ ਬਿਜ਼ੀ ਕਰਨਾ ਚਾਹੁੰਦੇ ਹੋ ਸੀਆ ਲਿਬਰਾ ਦਵਾਂਤੀ ਵੀ ਉਹ ਖਾਲੀ ਹੋਵੇ ਅੱਗੋਂ ਦੀ ਪਰ ਉਹਨੂੰ ਤਰਾਤੋ ਸਫੀਸ਼ੀਅੰਟ ਤੇ ਆਪਾਂ ਪਿੱਛੇ ਕਰਕੇ ਹਟਿਆ ਫਿਰੋ ਅੱਗੇ ਕਹਿੰਦਾ ਸਿੱਧੇ ਵੇ ਕੰਟਰੋਲਾਰੇ ਕੇ ਲਾ ਸਤ੍ਰੀਸ਼ਾ ਕਿ ਦਿਵੀ ਦੇ ਲਾ ਕੋਰਸੀਆ ਸੀਆ ਤਰਾਤੇ ਜਾਤਾ ਸੋ ਇੱਥੇ ਕਹਿੰਦਾ ਵੀ ਚੈੱਕ ਕਰ ਲਿਆ ਕਰੋ ਵੀ ਸਤ੍ਰੀਸ਼ੇ ਜਿਹੜੇ ਹੋਣਗੇ ਜਿਹੜੇ ਡਿਵਾਈਡ ਕਰਦੇ ਪਏ ਨੇ ਕੁਰਸੀਆਂ ਨੂੰ ਉਹ ਤਰਾਤੇ ਜਾਤਾ ਹੋ ਮਤਲਬ ਕਿ ਛੋਟੀ ਛੋਟੀ ਲਾਈਨਾਂ ਵੱਜੇ ਹੋਣ ਪੀਸ ਲੱਗੇ ਹੋਣ ਕੰਟੀਨਿਊ ਨਾ ਹੋਵੇ ਵੇਰੋ ਕੁਆਂਡੋ ਸੀ ਬੋਲੇ ਕੰਬਿਆਰੇ ਲਾ ਕੋਰਸੀਆ ਸਿੱਧੇ ਵੇ ਸਿਨੇਲਾਰੇ ਲਾ ਮਨੋਵਰਾ ਫਚੇਂਦੋ ਊਜ਼ੋ ਲਾਈਨ ਦੀ ਕਤੋਰੇ ਦੀ ਦ੍ਰਿਸ਼ਿਓਨੇ ਸੇਮ ਹੋਈ ਵੀ ਤੁਹਾਨੂੰ ਸਿਨੇਲਾਰੇ ਦੇਣਾ ਪੈਣਾ ਆਪਣਾ ਇੰਡੀਕੇਟਰ ਜਗਾ ਕੇ ਵੇਰੋ ਅੱਗੇ ਕਹਿੰਦਾ ਬਿਜ਼ੋਨਿਆ ਕੰਟਰੋਲਾਰੇ ਕੇ ਸੁਲਾ ਕੋਰਸੀਆ ਕੇ ਸੀ ਬੋਲੇ ਓਕੁਪਾਰੇ ਨੋਨ ਸਤਿਆਨੋ ਅਰਿਵਾਂਦੋ ਆਲਤਰੀ ਵਿਕੋਲੀ ਵੀ ਲੋੜ ਹੈ ਤੁਹਾਨੂੰ ਚੈੱਕ ਕਰਨ ਦੀ ਵੀ ਕੋਰਸੀਆ ਉੱਤੇ ਜਿਹੜਾ ਤੁਸੀਂ ਬਦਲਣਾ ਜਿਹੜਾ ਤੁਸੀਂ ਬਿਜ਼ੀ ਕਰਨਾ ਚਾਹੁੰਦੇ ਹੋ ਨੋਨ ਸਤਿਆਨੋ ਅਰਿਵਾਂਦੋ ਵੀ ਨਹੀਂ ਆਉਂਦੀਆਂ ਹੋਣਗੀਆਂ ਹੋਰ ਗੱਡੀਆਂ ਵੀਰੋ ਇਹ ਵੀ ਚੈੱਕ ਕਰਨਾ ਜ਼ਰੂਰੀ ਆਪਣਾ ਅੱਗੇ ਕਹਿੰਦਾ ਨੈਲਿਸਤਰਾ ਦੇ ਉਰਬਾਨੇ ਆ ਕੌਨਸੈਂਤੀ ਤੋਂ ਕੁਆਂ ਤੁਸੀਂ ਬੋਲੇ ਸੋਲਤਾਰੇ ਚਿਰਕੁਲਾਰੇ ਅਕੁਆਲੋ ਦੈਲਸਤਰੀਸ਼ੇ ਦੀ ਕੋਰਸੀਆ ਕਹਿੰਦਾ ਜੀ ਸੜਕਾਂ ਪਿੰਡਾਂ ਵਾਲੀਆਂ ਤੇ ਇਜਾਜ਼ਤ ਹੈ ਤੁਹਾਨੂੰ ਜਦੋਂ ਤੁਸੀਂ ਚਾਹੁੰਦੇ ਹੋ ਮੁੜਨਾ ਚਿਰਕੁਲਾਰੇ ਅਕਵਾਲੋ ਦੈਲਸਤਰੀਸ਼ਾ ਕੋਰਸੀਆ ਮਤਲਬ ਕਿ ਜਿਹੜਾ ਸਤਰੀਸ਼ਾ ਹੈ ਨਾ ਜਿਹੜੀ ਲਾਈਨ ਹੁੰਦੀ ਵਿਚਕਾਰ ਵੀ ਉਹਦੇ ਉੱਤੇ ਚੱਲਣਾ ਕਹਿੰਦਾ ਪਿੰਡਾਂ ਵਿੱਚ ਤੁਹਾਨੂੰ ਇਹਦੀ ਇਜਾਜ਼ਤ ਹੈ ਸੋ ਇੱਥੇ ਇਨ ਸ਼ੋਰਟ ਕੀ ਕਹਿੰਦਾ ਵੀ ਜਦੋਂ ਤੁਸੀਂ ਪਿੰਡਾਂ ਵਿੱਚ ਹੋ ਤੇ ਤੁਸੀਂ ਮੁੜਨਾ ਚਾਹੁੰਦੇ ਹੋ ਤੇ ਤੁਹਾਨੂੰ ਇਜਾਜ਼ਤ ਹੈ ਵੀ ਜਿਹੜਾ ਕੋਰਸੀਆ ਹੈ ਨਾ ਜਿਹੜਾ ਜਿਹੜਾ ਸਤਰੀਸ਼ਾ ਹੈ ਜਿਹੜਾ ਕੋਰਸੀ ਉੱਤੇ ਜਿਹੜਾ ਸਤਰੀਸ਼ਾ ਬਣਿਆ ਹੁੰਦਾ ਕਹਿੰਦਾ ਉਹਦੇ ਉੱਤੇ ਚੜ ਕੇ ਤੁਸੀਂ ਚੱਲ ਸਕਦੇ ਹੋ ਫਾਲਸੋ ਉਹਦੇ ਉੱਤੇ ਆਪਾਂ ਨਹੀਂ ਜਾ ਸਕਦੇ ਆਪਾਂ ਨੂੰ ਉਸ ਲਿਮਿਟ ਤੱਕ ਰਹਿਣਾ ਅੰਦਰ ਹੀ ਰਹਿਣਾ ਕੋਰਸੀ ਦੇ ਫਾਲਸੋ ਕੁਆਂਡੋ ਸੀ ਬੋਲੇ ਕੰਬਿਆਰੇ ਲਾ ਕੋਰਸੀਆ ਲੂਜ਼ੋ ਦੇਲਿੰਦਿਕਾਤੋਰੇ ਦੀ ਦ੍ਰਿਸ਼ਿਓਨੇ ਐ ਫਕੁਲਤਾਤੀਵੋ ਸੇ ਚੀ ਸੋਨੋ ਲੈ ਸਤਰੀਸ਼ੇ ਡਿਸਕੰਟੀਨੂਏ ਕਹਿੰਦਾ ਜਦੋਂ ਚਾਹੁੰਦੇ ਹੋ ਬਦਲਣਾ ਕੋਰਸੀਆ ਨੂੰ ਊਜ਼ੋ ਦੇਲਿੰਦਿਕਾਤੋਰੇ ਵੀ ਇੰਡੀਕੇਟਰ ਨੂੰ ਵਰਤਣਾ ਡਾਇਰੈਕਸ਼ਨ ਵਾਲੇ ਐ ਫਕੁਲਤੀਵੋ ਮਤਲਬ ਕਿ ਆਪਸ਼ਨਲ ਹੈ ਵਰਤਣਾ ਨਹੀਂ ਵਰਤਣਾ ਤੁਹਾਡੇ ਤੇ ਡਿਪੈਂਡ ਹੈ ਸੇ ਚੀ ਸੋਨੋ ਲੈ ਸਤਰੀਸ਼ੇ ਡਿਸਕੰਟੀਨੂਏ ਜੇਕਰ ਉੱਥੇ ਸਤਰੀਸ਼ੇ ਡਿਸਕੰਟੀਨੂ ਮਤਲਬ ਕਿ ਕੰਟੀਨਿਊ ਨਹੀਂ ਹੈਗੇ ਤੇ ਉਹ ਤੁਹਾਡੇ ਤੇ ਡਿਪੈਂਡ ਹੈ ਵੀ ਤੁਸੀਂ ਉਹ ਇੰਡੀਕੇਟਰ ਵਰਤਣਾ ਚਾਹੁੰਦੇ ਹੋ ਕਿ ਨਹੀਂ ਵਰਤਣਾ ਚਾਹੁੰਦੇ ਫਾਲਸੋ ਅੱਗੇ ਕਹਿੰਦਾ ਪੈਰੀਮੈਟਰ ਸੀ ਨੇ ਲਾ ਕੋਰਸੀਆ ਦੀ ਇਸ ਤਰ੍ਹਾਂ ਨੋਨ ਓਕੋਰੇ ਅਲਕੂਨਾ ਪਰਟੀਕੂਲਰ ਅਟੈਂਸ਼ਨ ਜਦੋਂ ਵੜਨ ਲੱਗੇ ਹੋ ਐਂਟਰੀ ਕਰਨ ਲੱਗੇ ਕੋਰਸੀਆ ਸੱਜੇ ਪਾਸੇ ਵਾਲਾ
ਵੀ ਜਦੋਂ ਖੱਬੇ ਵਾਲੇ ਪਾਸੇ ਵਾਲੇ ਕੁਰਸੀ ਵਿੱਚੋਂ ਸੱਜੇ ਵਾਲੇ ਪਾਸੇ ਵਿੱਚ ਕੁਰਸੀ ਵਿਚਾ ਰਹੇ ਹੋ ਨੋਨ ਓਕੋਰੇ ਨਹੀਂ ਚਾਹੀਦਾ ਅਲਕੂਨਾ ਪਰਟੀਕੁਲਰ ਅਟੈਂਸ਼ਨ ਹੈ ਕਿਸੇ ਵੀ ਤਰ੍ਹਾਂ ਤੇ ਖਾਸ ਤੌਰ ਦੇ ਧਿਆਨ ਦੀ ਕਹਿੰਦਾ ਵੀ ਧਿਆਨ ਦੇਣ ਦੀ ਲੋੜ ਹੀ ਨਹੀਂ ਹੈਗੀ ਤੁਹਾਨੂੰ ਜੇਕਰ ਤੁਸੀਂ ਸੱਜੇ ਪਾਸੇ ਵਾਲੇ ਕੁਰਸੀ ਵਿਚਾਣਾ ਹੈ ਫਾਲਸੋ ਸਾਰਿਆਂ ਨੂੰ ਪਤਾ ਅੱਗੇ ਕਹਿੰਦਾ ਪੈਰੂਨ ਸੁਰਪਾਸੋ ਐ ਓਬਲੀਗਾਟੋਰੀਓ ਰੁਦੂਰੇ ਲਾ ਵਿਲੋਚਿਤਾ ਕਹਿੰਦਾ ਓਵਰਟੇਕ ਕਰਨ ਲਈ ਜ਼ਰੂਰੀ ਆ ਕਿ ਘਟਾ ਲਓ ਸਪੀਡ ਨੂੰ ਫਾਲਸੋ ਓਵਰਟੇਕ ਲਈ ਸਪੀਡ ਨੂੰ ਵਧਾਇਆ ਜਾਂਦਾ ਤਾਂ ਜੋ ਆਪਣੀ ਅਗਲੀ ਗੱਡੀ ਤੋਂ ਆਪਾਂ ਜ਼ਿਆਦਾ ਸਪੀਡ ਤੇ ਓਵਰਟੇਕ ਕਰ ਸਕੀਏ 548 ਨੰਬਰ ਪੇਜ ਕਾਂਬੀਓ ਦੀ ਕੋਰਸੀਆ ਇਨ ਪ੍ਰੋਸੀਮਿਤਾ ਦੇ ਲਿੰਕਰੋਚੀ ਕੋਰਸੀਆ ਬਦਲਣਾ ਆਪਾਂ ਨੇੜੇ ਇੱਕ ਚੁਰਾਹੇ ਦੇ ਇਹ ਚੁਰਾਹਾ ਹੈ ਇਹ ਗੱਡੀ ਹੈ ਹੁਣ ਜਿੱਥੇ ਸਤਰੀਸ਼ੇ ਸਤਰਾਤੇ ਜਾਤਾ ਨੇ ਇੱਥੇ ਤਾਂ ਆਪਾਂ ਕੋਰਸੀਆ ਬਦਲ ਸਕਦੇ ਹਾਂ ਪਰ ਜਿੱਥੇ ਸਤਰੀਸ਼ੇ ਬਿਲਕੁਲ ਸਪਲੇਨ ਆ ਗਏ ਉੱਥੇ ਆਪਾਂ ਕੋਰਸੀਆ ਨਹੀਂ ਬਦਲ ਸਕਦੇ ਕੀ ਕਹਿੰਦਾ ਸਵਾਲ ਇਨ ਵਿੱਚ ਇਨ ਆਨਸਰ ਦੇ ਲਿੰਕਰੋਚੀ ਕੋਮ ਇਨ ਫਿਗੂਰਾ ਸੀ ਪੋ ਸੈਂਪਰੇ ਕੰਬਿਆਰੇ ਲਾ ਕੋਰਸੀਆ ਫਿਨੋ ਅਲਾ ਸਤਰੀਸ਼ਾ ਤਰਸਵਿਸਾਲੇ ਦੀ ਅਰੈਸਟੋ ਨੇੜੇ ਚੁਰਾਹੇ ਦੇ ਜਿਵੇਂ ਕਿ ਫੋਟੋ ਦਿਖਾਈ ਗਈ ਹੈ ਸਿਪੋ ਸੈਂਪਰੇ ਕੰਬਿਆਰੇ ਹਮੇਸ਼ਾ ਬਦਲ ਸਕਦੇ ਹੋ ਕੋਰਸੀਆ ਫਿਨੋ ਅਲਾ ਸਤਰੀਸ਼ਾ ਤਰਸਵਿਸਾਲੇ ਦੀ ਅਰੈਸਟੋ ਸੋ ਕਹਿੰਦਾ ਜਿੱਥੇ ਖਤਮ ਹੁੰਦਾ ਹੈ ਸਤਰੀਸ਼ਾ ਤਰਸਵਿਸਾਲੇ ਦੀ ਅਰੈਸਟੋ ਮਤਲਬ ਕਿ ਜਿਹੜਾ ਇਹ ਵਾਲਾ ਸਤਰੀਸ਼ਾ ਹੈ ਜਿੱਥੇ ਖਤਮ ਹੋਣ ਡਿਆ ਜਿੱਥੇ ਖਤਮ ਹੋਣ ਡਿਆ ਬਿਲਕੁਲ ਉੱਥੇ ਤੱਕ ਤੁਸੀਂ ਆਪਣਾ ਕੋਰਸੀਆ ਜਿਹੜਾ ਬਦਲ ਸਕਦੇ ਹੋ ਹਮੇਸ਼ਾ ਹਮੇਸ਼ਾ ਬਦਲ ਸਕਦੇ ਹੋ ਫਾਲਸੋ ਨਹੀਂ ਬਦਲ ਸਕਦੇ ਸਿਰਫ ਜਿੱਥੇ ਲਾਈਨਾਂ ਕੱਟੀਆਂ ਉੱਥੇ ਬਦਲ ਸਕਦੇ ਹਾਂ 549 ਕਾਂਬੀਓ ਦੀ ਦ੍ਰਿਸ਼ਿਓ ਨੇ ਦਿਸ਼ਾ ਬਦਲਣੀ ਹੁਣ ਆਪਾਂ ਕੀ ਕਹਿੰਦਾ ਪਹਿਲਾ ਸਵਾਲ ਕੁਆਂਦੋ ਸੀ ਬੋਲੇ ਕੰਬਿਆਰੇ ਦ੍ਰਿਸ਼ਿਓ ਨੇ ਸਿੱਧੇ ਵੇ ਅਕਸੀਓਨਾਰੇ ਇਨ ਅੰਤੀਚੀਪੋ ਲਿੰਦੀਗਾਤੋਰੀ ਦੀ ਦ੍ਰਿਸ਼ਿਓ ਨੇ ਜਦੋਂ ਚਾਹੁੰਦੇ ਹੋ ਬਦਲਣਾ ਡਾਇਰੈਕਸ਼ਨ ਨੂੰ ਸਿੱਧੇ ਵੇ ਅਕਸੀਓਨਾਰੇ ਇਨ ਅੰਤੀਚੀਪੋ ਤੁਹਾਨੂੰ ਐਡਵਾਂਸ 'ਚ ਦੱਸਣਾ ਪੈਣਾ ਇੰਡੀਕੇਟਰ ਜਗਾ ਕੇ ਵੇਰੋ ਅੱਗੇ ਕਹਿੰਦਾ ਹੈ ਓਬਲੀਗਾਤੋਰੀ ਓ ਫਾਰੇ ਉਜ਼ੋ ਦਲੇ ਸਿਨੇਲਾਸੀਓਨੀ ਅਕੁਸਟਿਕੇ ਵੀ ਜ਼ਰੂਰੀ ਆ ਵਰਤੋਂ ਕਰੋ ਹੋਰਨ ਦੀ ਸਿਨੇਲਾਸੀਓਨੀ ਅਕੁਸਟਿਕੇ ਹੋਰਨ ਦੀ ਫਾਲਸੋ ਆਪਾਂ ਹੋਰਨ ਬਹੁਤ ਘੱਟ ਵਜਾਉਣਾ ਹੈ ਐਮਰਜੈਂਸੀ ਵਿੱਚ ਵਜਾਉਣਾ ਹਮੇਸ਼ਾ ਨਹੀਂ ਵਜਾ ਸਕਦੇ 550 ਨੰਬਰ ਪੇਜ ਜ਼ੋਲਤਾ ਅਤੇ ਇਸ ਤਰ੍ਹਾਂ ਸੱਜੇ ਮੁੜਨਾ ਕੀ ਕਹਿੰਦਾ ਪਹਿਲਾ ਸਵਾਲ ਪਰੈਫਿਤੁਆਰੇ ਲਾ ਜ਼ੋਲਤਾ ਅਤੇ ਇਸ ਤਰ੍ਹਾਂ ਅਕੋਰੇ ਤਿਨੇ ਸੀ ਪਿਓ ਵਿੱਚ ਨਾ ਪੋਸੀਬਿਲੇ ਅਲਮਾਰਜੀਨੇ ਦੈਸਤਰੋ ਦਲਾ ਕਰੇ ਚਾਹਤਾ ਇਹ ਵੇਰੋ ਆ ਪਿਛਲੀ ਵੀਡੀਓ 'ਚ ਮੈਂ ਸਮਝਾ ਕੇ ਹਟਿਆ ਪਰ ਫਿਰ ਵੀ ਦੱਸ ਦੇਣਾ ਇੱਥੇ ਲਿਖਿਆ ਪਰ ਐਫਿਤੁਆਰੇ ਲਾ ਜ਼ੋਲਤਾ ਅਤੇ ਇਸ ਤਰ੍ਹਾਂ ਮੁੜਨ ਲਈ ਸੱਜੇ ਚਾਹੀਦਾ ਰੱਖੋ ਪਿਓ ਵਿੱਚ ਨਾ ਪੋਸੀਬਿਲੇ ਜਿੰਨਾ ਨੇੜੇ ਹੋ ਸਕੇ ਅਲਮਾਰਜੀਨੇ ਕਿਨਾਰਾ ਸੱਜੇ ਪਾਸੇ ਦਲਾ ਕਰੇ ਚਾਹਤਾ ਵੀ ਸੱਜੇ ਪਾਸੇ ਵਾਲੇ ਕਿਨਾਰੇ ਦੇ ਕੋਲ ਰਵੋ ਜਦੋਂ ਤੁਸੀਂ ਸੱਜੇ ਮੁੜਨਾ ਚਾਹੁੰਦੇ ਹੋ ਤੇ ਵੇਰੋ ਅੱਗੇ ਕਹਿੰਦਾ ਬਿਜ਼ੋਨੀਆ ਸਿਨੇਲਾਰੇ ਇਨਾਂਦੀਚੀਪੋ ਲਾ ਮਨੋਵਰਾ ਦੀ ਕੰਪੀਰੇ ਅਕਸੀਓਨਾਂਦੋ ਲਿੰਦੀਗਾਤੋਰੀ ਦੀ ਦ੍ਰਿਸ਼ਿਓਨੇ ਲੋੜੇ ਸਾਈਨ ਦਵੋ ਐਡਵਾਂਸ ਜੀ ਜਿਹੜਾ ਕੰਮ ਤੁਸੀਂ ਕਰਨਾ ਚਾਹੁੰਦੇ ਹੋ ਮਤਲਬ ਕਿ ਜਿਹੜੀ ਕਿਰਿਆ ਤੁਸੀਂ ਕਰਨਾ ਚਾਹੁੰਦੇ ਹੋ ਗੱਡੀ ਚਲਾਉਂਦੇ ਹੋਏ ਜਿਵੇਂ ਸੱਜੇ ਮੁੜਨਾ ਚਾਹੁੰਦੇ ਹੋ ਖੱਬੇ ਮੁੜਨਾ ਚਾਹੁੰਦੇ ਹੋ ਉਹ ਮਨੋਵਰਾ ਜਿਹੜਾ ਤੁਸੀਂ ਕਰਨਾ ਚਾਹੁੰਦੇ ਹੋ ਅਕਸੀਓਨਾਂਦੋ ਲਿੰਦੀਗਾਤੋਰੀ ਦੀ ਦ੍ਰਿਸ਼ਿਓਨੇ ਇੰਡੀਕੇਟਰ ਨੂੰ ਜਗਾ ਕੇ ਦੱਸੋ ਪਹਿਲਾਂ ਹੀ ਐਡਵਾਂਸ ਜੀ ਵੇਰੋ ਹੈ ਵੀ ਅੱਗੇ ਕਹਿੰਦਾ ਲਾ ਜ਼ਵੋਲਤਾ ਅਦਾ ਇਸ ਤਰ੍ਹਾਂ ਸੀ ਐਫ ਤੂਆ ਮੈਂ ਤਿੰਦੋ ਸੀ ਨੈਲਾ ਕੋਰਸੀਆ ਕੇ ਕੰਸੈਂਟੈਂਟੇ ਦੀ ਸਿਗਵੀਰੇ ਤਾਲੇ ਮਨੋਬਰਾ ਸੀ ਐਫ ਤੂਆ ਮੈਂ ਤਿੰਦੋ ਸੀ ਨੈਲਾ ਕੋਰਸੀਆ ਵੀ ਉਸ ਕੋਰਸੀ ਵਿੱਚ ਵੜੋ ਉਸ ਕੋਰਸੀ ਵਿੱਚ ਐਂਟਰੀ ਕਰੋ ਜਿਹੜਾ ਕਿ ਇਜਾਜ਼ਤ ਦੇਵੇ ਇਹ ਸਿਗਵੀਰੇ ਤਾਲੇ ਮਨੋਬਰਾ ਜਿਹੜਾ ਤੁਹਾਨੂੰ ਇਜਾਜ਼ਤ ਦੇਵੇ ਐਸੇ ਮਨੋਬਰਾ ਕਰਨ ਦੀ ਐਸੇ ਕੰਮ ਕਰਨ ਦੀ ਜਿਹੜਾ ਤੁਹਾਨੂੰ ਇਜਾਜ਼ਤ ਦੇਵੇ ਉਹਦੇ ਵਿੱਚ ਹੀ ਵੜੋ ਜੇਕਰ ਤੁਸੀਂ ਸੱਜੇ ਪਾਸੇ ਮੁੜਨਾ ਚਾਹੁੰਦੇ ਹੋ ਤੇ ਧਿਆਨ ਦਵੋ ਹੁਣ ਇੱਥੇ ਜ਼ਵੋਲਤਾ ਦਾ ਇਸ ਤਰ੍ਹਾਂ ਕਰਨ ਲੱਗੇ ਆਪਾਂ ਹੁਣ ਮਤਲਬ ਕਿ ਆਪਾਂ ਨੂੰ ਇਸ ਕੋਰਸੀ ਵਿੱਚ ਹੋਣਾ ਚਾਹੀਦਾ ਹੁਣ ਅਜਿਹਾ ਕੋਰਸੀ ਜੇਕਰ ਆਪਾਂ ਮੁੜਨਾ ਚਾਹੁੰਦੇ ਤਾਂ ਇਹੀ ਹੋਇਆ ਜ਼ਵੋਲਤਾਰੇ ਦਾ ਇਸ ਤਰ੍ਹਾਂ ਆਪਾਂ ਇੱਥੋਂ ਹੀ ਕਰ ਸਕਦੇ ਹਾਂ ਜ਼ਵੋਲਤਾਰੇ ਨਹੀਂ ਇਸ ਤਰ੍ਹਾਂ ਆਪਾਂ ਨੂੰ ਇੱਥੋਂ ਕਰਨਾ ਪੈਣਾ ਜਿਹੜਾ ਨੇੜੇ ਆ ਸੋ ਜੇਕਰ ਤੁਸੀਂ ਦਾ ਇਸ ਤਰ੍ਹਾਂ ਮੁੜਨਾ ਚਾਹੁੰਦੇ ਹੋ ਤੁਹਾਨੂੰ ਇਸ ਕੋਰਸੀ ਵਿੱਚ ਹੋਣਾ ਪੈਣਾ ਤੁਹਾਨੂੰ ਟਾਈਮ ਨਾਲ ਹੀ ਐਸੀ ਕੋਰਸੀ ਵਿੱਚ ਆਉਣਾ ਪੈਣਾ ਮਤਲਬ ਕਿ ਇੱਕ ਐਸਾ ਕੋਰਸੀ ਜਿਹੜਾ ਤੁਹਾਨੂੰ ਇਜਾਜ਼ਤ ਦਿੰਦਾ ਸੱਜੇ ਮੁੜਨ ਦੀ ਵੱਧਦੇ ਹਾਂ ਅਗਲੇ ਸਵਾਲ ਤੇ ਲਾ ਜ਼ਵੋਲਤਾ ਦਾ ਇਸ ਤਰ੍ਹਾਂ ਸੀ ਐਫ ਤੂਆ ਮੋਦੇਰਾਂਦੋ ਲਾ ਵਿਲੋਚਿਤਾ ਮਾ ਮਾਨੋ ਕਿ ਚੀ ਸੀ ਆ ਵਿਚੀਨਾ ਅਲਪੁੰਤੋ ਦੀ ਜ਼ਵੋਲਤਾ ਮੁੜਦੇ ਹੋਏ ਸੱਜੇ ਪਾਸੇ ਸੀ ਐਫ ਤੂਆ ਮੋਦੇਰਾਂਦੋ ਲਾ ਵਿਲੋਚਿਤਾ ਵੀ ਤੁਹਾਨੂੰ ਸਪੀਡ ਘਟਾਉਣੀ ਪੈਣੀ ਹੈ ਮਾ ਮਾਨੋ ਹੌਲੀ ਹੌਲੀ ਕਿ ਚੀ ਸੀ ਆ ਵਿਚੀਨਾ ਵੀ ਜੋ ਤੁਸੀਂ ਨੇੜੇ ਆ ਜਾਓਗੇ ਇੱਕ ਐਸੇ ਪੁਆਇੰਟ ਦੇ ਜਿੱਥੋਂ ਤੁਸੀਂ ਮੁੜਨਾ ਵੀ ਕਹਿੰਦਾ ਇਨ ਸ਼ੋਰਟ ਉਹ ਕਹਿੰਦਾ ਵੀ ਤੁਸੀਂ ਆਪਣੀ ਸਪੀਡ ਘਟਾ ਲਓ ਵੀ ਹੌਲੀ ਹੌਲੀ ਜਾ ਕੇ ਜਦੋਂ ਤੁਸੀਂ ਨੇੜੇ ਆ ਜਾਓਗੇ ਤਾਂ ਤੁਸੀਂ ਮੁੜ ਜਾਓ ਸਹੀ ਟਿਕਾਣੇ ਤੇ ਵੇਰੋ ਅੱਗੇ ਕਹਿੰਦਾ ਲਾ ਜ਼ਵੋਲਤਾ ਦਾ ਇਸ ਤਰ੍ਹਾਂ ਸੀ ਐਫ ਤੂਆ ਸੈਂਸਾ ਕਰਿਆਰੇ ਪੇਰੀਕੋਲੋ ਉਹ ਇੰਤਰਾਲ ਚੋ ਅਲਿਆਲਤਰੀ ਸੋ ਸੇਮ ਆ ਜੀ ਉਹੀ ਕਹਿੰਦਾ ਵੀ ਖਤਰਾ ਨਹੀਂ ਪੈਦਾ ਕਰਨਾ ਤੇ ਨਾ ਹੀ ਕਿਸੇ ਦੀ ਰੁਕਾਵਟ ਬਣਨਾ ਹੈ ਵੇਰੋ ਅੱਗੇ ਕਹਿੰਦਾ ਪੈਰਜ਼ਵਲ ਧਾਰਿਆ ਦਾ ਇਸ ਤਰ੍ਹਾਂ ਵਿਜ਼ੋ ਨੇ ਤਿਨੇ ਸਿਰ ਪਿਓ ਵਿੱਚ ਨੂੰ ਪੋਸੀਬਲੇ ਅਲਮਾਰਜਨ ਇਸ ਨਿਸ ਤਰ੍ਹਾਂ ਦਲਾ ਕਰੇ ਚਾਹਤਾ ਕਹਿੰਦਾ ਮੁੜਨ ਬਦਲੇ ਸੱਜੇ ਪਾਸੇ ਲੋੜੇ ਰੱਖੋ ਪਿਓ ਵਿੱਚ ਨੂੰ ਪੋਸੀਬਲ ਜਿੰਨਾ ਨੇੜੇ ਹੋ ਸਕੇ ਕਿਨਾਰੇ ਖੱਬੇ ਪਾਸੇ ਇੱਥੇ ਸੱਜੇ ਪਾਸੇ ਲਿਖਿਆ ਇੱਥੇ ਖੱਬੇ ਲਿਖਤਾ ਇਸ ਕਰਕੇ ਫਾਲਸੋ ਅੱਗੇ ਕਹਿੰਦਾ ਪੈਰਜ਼ਵਲ ਧਾਰਿਆ ਦਾ ਇਸ ਤਰ੍ਹਾਂ ਵਿਜ਼ੋ ਨੇ ਤਿਨੇ ਸਿਰ ਸੁਲਾ ਕੋਰਸੀਆ ਦੀ ਸੀ ਨਿਸ ਤਰ੍ਹਾਂ ਫਾਲਸੋ ਦੈਸਤਰੋਂ ਦਾ ਤੇ ਫਿਰ ਹੋ ਜਾਣਾ ਸੀ ਅੱਗੇ ਕਹਿੰਦਾ ਲਾ ਜ਼ਵੋਲਤਾ ਦਾ ਇਸ ਤਰ੍ਹਾਂ ਸੀ ਐਫ ਤੂਆ ਸੈਂਸਾ ਮਾਈ ਧਾਰੇ ਲਾ ਪ੍ਰੈਸੀਡੈਂਸਾ ਆਈ ਪੇਦੋਨੀ
ਸੇ ਇਲ ਸੇਮਾਫਰੋ ਆ ਲੂਚੇ ਵੇਰਦੇ ਚੇਜ਼ਾ ਕਹਿੰਦਾ ਸੱਜੇ ਮੁੜਦੇ ਹੋਏ ਸੀ ਐਫ ਤੂ ਸੈਂਸਾ ਮਾਈਦਾਰੇ ਲਾ ਪ੍ਰੈਸੀਡੈਂਸਾ ਵੀ ਕਹਿੰਦਾ ਤੁਹਾਨੂੰ ਲੋੜ ਨਹੀਂ ਹੈਗੀ ਪਹਿਲ ਦਾ ਹੱਕ ਦੇਣ ਦੀ ਕਿਹਨੂੰ ਪੈਦਲ ਵਾਲਿਆਂ ਨੂੰ ਜੇਕਰ ਸੇਮਾਫਰੋ ਤੇ ਹਰੀ ਲਾਈਟ ਜਗਦੀ ਪਈ ਤੇ ਫਾਲਸੋ ਆਪਾਂ ਨੂੰ ਉਹਨਾਂ ਨੂੰ ਪਹਿਲ ਦੇਣੀ ਪੈਣੀ ਵਧਿਆ ਅੱਗੇ ਸੀ ਐਫ ਤੂ ਜਿਨ੍ਹਾਂ ਦੋ attorno alla colonia luminosa eventualmente posta al centro ਕਹਿੰਦਾ ਸੱਜੇ ਮੁੜਨ ਲਈ ਜਿਨ੍ਹਾਂ ਦੋ attorno ਵੀ ਤੁਹਾਨੂੰ ਗੋਲ ਚੱਕਰ ਵਿੱਚ ਘੁੰਮਣਾ ਪੈਣਾ alla colonia luminosa ਮਤਲਬ ਕਿ ਜਿਹੜਾ ਗੋਲ ਸਰਕਲ ਜਿਹੜਾ ਹੁੰਦਾ ਚਮਕਦਾਰ posta al centro dell'incrocio ਜਿਹੜਾ ਚੁਰਾਹੇ ਦੇ ਵਿਚਕਾਰ ਲੱਗਾ ਸੋ ਕਹਿੰਦਾ ਤੁਹਾਨੂੰ ਜੇਕਰ ਸੱਜਾ ਮੁੜਨਾ ਚਾਹੁੰਦੇ ਹੋ ਤੁਹਾਨੂੰ ਪੂਰਾ ਕੀੜਾ ਕੱਟ ਕੇ ਆਉਣਾ ਪੈਣਾ ਚੁਰਾਹੇ ਦਾ ਫਾਲਸੋ quando si vuole svoltare a destra è necessario portarsi in vicinanza del centro dell'incrocio falso che ora tu si jawab doge panse konja svolta a destra in prossimità di un incrocio il veicolo in figura può svoltare a destra kanda evali gaddi sajje mud sakdi hai falso idhar hundi gaddi te mud sakdi si idhar aaiye ta nahi mud sakdi idhar hundi te khabbe mud sakdi si theek hai ji ਸੋ ਐਸੀ ਆਪਣਾ ਅੱਜ ਦਾ ਐਪੀਸੋਡ ਮਿਲਾਂਗੇ ਹੁਣ ਨੈਕਸਟ ਐਪੀਸੋਡ ਵਿੱਚ ਜਿਹੜੇ ਜਿਹੜੇ ਸਵਾਲ ਤੁਹਾਡੇ ਕੋਲ ਪੁੱਛੇਗੇ ਉਹਨਾਂ ਦਾ ਜਵਾਬ ਮੈਨੂੰ ਕਮੈਂਟ ਵਿੱਚ ਜ਼ਰੂਰ ਦਿਓ ਅਤੇ ਇੱਦਾਂ ਹੀ ਆਪਣੀ ਸਪੋਰਟ ਬਣਾਉਂਦੇ ਰਹੋ ਲਾਈਕ ਅਤੇ ਸ਼ੇਅਰ ਕਰਦੇ ਰਹੋ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਜ਼ਰੂਰ ਕਰ ਦਿਓ ਜਿਨ੍ਹਾਂ ਨੇ ਕਰਤਾ ਨਾ ਧੰਨਵਾਦ ਸੋ ਹੁਣ ਵਾਰੀ ਆਉਂਦੀ ਹੈ ਪਿਛਲੀ ਵੀਡੀਓ 'ਚ ਪੁੱਛੇ ਗਏ ਸਵਾਲ ਜਿਹਦੇ 'ਚ ਮੈਂ ਪੁੱਛਿਆ ਸੀ ਵੀ ਕਰੇ ਜਾਤਾ ਕਿੰਨੇ ਨੇ ਉਹਦੇ 'ਚ ਇੱਕ ਕਰੇ ਜਾਤਾ ਸੀ ਉਹ ਜਵਾਬ ਮੈਂ ਇਸ ਵੀਡੀਓ 'ਚ ਦੇ ਦਿੱਤਾ ਅਤੇ ਦੂਸਰਾ ਸਵਾਲ ਸੀ ਇਹ ਵਾਲਾ ਜਿਹਦੇ 'ਚ ਮੈਂ ਪੁੱਛਿਆ ਸੀ ਵੀ ਮੋਟਰਸਾਈਕਲ ਇੱਧਰ ਜਾ ਸਕਦੀ ਜੇਕਰ 20 ਕਿਲੋਮੀਟਰ ਦੀ ਸਪੀਡ ਤੋਂ ਘੱਟ ਜਾਵੇ ਫਾਲਸੋ ਇੱਥੇ ਨਹੀਂ ਜਾ ਸਕਦੀ ਮੋਟਰਸਾਈਕਲ ਇੱਥੇ ਨਹੀਂ ਜਾ ਸਕਦੀ ਕਿਉਂਕਿ ਇਹ ਸਾਈਕਲ ਵਾਲਿਆਂ ਦੀ ਹੈ ਮੋਟਰਸਾਈਕਲ ਵਾਲਿਆਂ ਦੀ ਨਹੀਂ ਹੈਗੀ ਤੇ ਇੱਥੇ ਸਿਰਫ ਸਾਈਕਲ ਵਾਲੇ ਜਾ ਸਕਦੇ ਨੇ ਹੋਰ ਕੋਈ ਨਹੀਂ ਜਾ ਸਕਦਾ ਸੋ ਓਕੇ ਜੀ ਅਸੀਂ ਆਪਣੀ ਅੱਜ ਦੀ ਵੀਡੀਓ ਦਾ ਅੰਤ ਮਿਲਾਂਗੇ ਤੁਹਾਨੂੰ ਨੈਕਸਟ ਐਪੀਸੋਡ ਵਿੱਚ ਤਦ ਤੱਕ ਲਈ ਰੱਬ ਰਾਖਾ